ਹੈਲੋ ਸਟੂਡੈਂਟਸ ਗੁੱਡ ਮਾਰਨਿੰਗ ਮੈਂ ਗੁੰਜਨ ਸਵਾਗਤ ਕਰਦੀ ਆ ਤੁਹਾਡਾ ਤੁਹਾਡੇ ਆਪਣੀ ਚੈਨਲ ਸਕਾਈਲਾਈਟ ਅਕੈਡਮੀ ਤੇ ਤੇ ਵੈਰੀ ਗੁੱਡ ਮਾਰਨਿੰਗ ਜੀ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਜਾਵੇ ਤੇ ਸਭ ਤੋਂ ਪਹਿਲਾਂ ਜਿੰਨਾ ਬੱਚਿਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਪਣੀ ਕਲਾਸਿਸ ਦੇ ਨੋਟੀਫਿਕੇਸ਼ਨਸ ਆ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਸੀਂ ਵੀ ਟਾਈਮ ਤੇ ਆਪਣੀ ਕਲਾਸ ਨੂੰ ਕਰ ਸਕੋ ਜੁਆਇਨ ਤੇ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਆਪਣੀ ਕਲਾਸ ਰਵੇਗੀ ਉਹ ਜਸਵੰਤ ਸਿੰਘ ਨੇਕੀ ਜਿਹੜੇ ਆਪਣੇ ਆਧੁਨਿਕ ਕਵੀ ਹੈਗੇ ਆ ਠੀਕ ਹੈ ਤੇ ਉਹਨਾਂ ਬਾਰੇ ਰਵੇਗੀ ਤਾਂ ਸਭ ਤੋਂ ਪਹਿਲਾਂ ਆਪਣੀ ਕਲਾਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਬੱਚੇ ਕਲਾਸ ਨਾਲ ਜਿਹੜਾ ਉਹ ਜੁੜ ਜੈਣ ਜੁਆਇਨ ਕਰ ਲੈਣ ਠੀਕ ਹੈ ਹਾਂਜੀ ਜਸਪ੍ਰੀਤ ਕੌਰ ਜੀ ਵੈਰੀ ਗੁੱਡ ਮਾਰਨਿੰਗ ਤੇ ਕਲਾਸ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਪੇਡ ਕੋਰਸ ਪਰਚੇਸ ਕਰਨਾ ਹੈ ਆਪਣਾ ਠੀਕ ਹੈ ਸਕਾਈਲਾਈਟ ਅਕੈਡਮੀ ਬੋਰ ਦੇ ਨਾਂ ਤੇ ਐਪਲੀਕੇਸ਼ਨ ਹੈ ਲੋਗੋ ਧਿਆਨ ਨਾਲ ਦੇਖ ਲੈਣਾ ਤੇ ਇਹਨੂੰ ਇੰਸਟਾਲ ਕਰ ਲੈਣਾ ਤੇ ਨਾਲ ਦੇ ਨਾਲ ਇਹਦੇ ਨਾਲ ਸੰਬੰਧਿਤ ਹੋਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਆਪਣਾ ਨੰਬਰ ਦਿੱਤਾ ਗਿਆ ਹੈ ਨੀਚੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕਿਸੇ ਵੀ ਪੇਡ ਕੋਰਸ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਤੇ ਵਿਮਲਪ੍ਰੀਤ ਸਿੱਧੂ ਵੈਰੀ ਗੁੱਡ ਮਾਰਨਿੰਗ ਜੀ ਦਿਲਜੀਤ ਕੌਰ ਰਾਜਵਿੰਦਰ ਕੌਰ ਸਰਬਜੀਤ ਸਿੰਘ ਕਿਰਨ ਵੈਰੀ ਗੁੱਡ ਮਾਰਨਿੰਗ ਜੀ ਸਸ਼੍ਰੀਆਕਾਲ ਕਲਾਸ ਨੂੰ ਸ਼ੇਅਰ ਕਰ ਦੂੰ ਫਿਰ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਨੂੰ ਤੇ ਆਪਣਾ ਮਾਸਟਰ ਗੇਦਰ ਪੰਜਾਬੀ ਦਾ ਜਿਹੜਾ ਆਨਲਾਈਨ ਬੈਚ ਆ ਠੀਕ ਹੈ ਉਹ ਸਟਾਰਟ ਹੋ ਚੁੱਕਿਆ ਹੈ ਜਿਨ੍ਹਾਂ ਨੇ ਵੀ ਕਰਨਾ ਹੈ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਸੰਦੀਪ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸੁਖਪਾਲ ਤੇ ਪਹਿਲਾ ਕੁਐਸਚਨ ਕਲਾਸ ਨੂੰ ਸ਼ੇਅਰ ਕਰੀ ਰੱਖਿਓ ਵੀ ਨਾਲ ਦੇ ਨਾਲ ਠੀਕ ਹੈ ਜੀ ਤੇ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਆ ਆਨਸਰ ਕਰ ਦਿਓ ਜਸਵੰਤ ਸਿੰਘ ਨੇਕੀ ਦਾ ਜਨਮ ਕਦੋਂ ਹੋਇਆ ਜਸਵੰਤ ਸਿੰਘ ਨੇਕੀ ਦਾ ਜਨਮ ਦੱਸਣਾ ਕਦੋਂ ਹੋਇਆ ਠੀਕ ਹੈ ਜੀ 27 ਅਗਸਤ ਮੈਂ ਤੁਸੀ ਦੱਸਣਾ ਕਦੋਂ ਹੋਇਆ 27 ਅਗਸਤ ਨੂੰ ਹੋਇਆ ਸੀ ਓਕੇ ਜੀ ਆਨਸਰ ਕਰੋ 1915 1919 1925 ਜਾਂ ਫਿਰ 1929 ਅਮਨਦੀਪ ਗੁਰਦਾਸਪੁਰ ਵੈਰੀ ਗੁੱਡ ਮਾਰਨਿੰਗ ਜੀ ਤੇ ਆਨਸਰ ਕਰ ਰਹੇ ਹੋ ਸੀ ਅੱਜ ਦੇ ਸਾਰੇ ਕੁਐਸਚਨ ਜਿਹੜੇ ਆ ਉਹ ਆਨਸਰ ਤੁਹਾਡੇ ਤੋਂ ਲੈਣਾ ਠੀਕ ਹੈ ਜਦੋਂ ਤੱਕ ਤੁਸੀਂ ਆਨਸਰ ਨਹੀਂ ਕਰਦੇ ਉਹਦੇ ਤੱਕ ਜਿਹੜਾ ਉਹ ਆਪਾਂ ਆਨਸਰ ਨਹੀਂ ਕਰਨਾ ਠੀਕ ਹੈ ਦੱਸਣਾ ਨਹੀਂ ਬਲਜਿੰਦਰ ਸਿੰਘ ਵੈਰੀ ਗੁੱਡ ਮਾਰਨਿੰਗ ਜੀ ਇੱਥੇ ਆਨਸਰ ਕਰ ਰਹੇ ਹੋ ਸੀ ਬਿਲਕੁਲ ਜੀ ਸਾਰੇ ਜਿੰਨੇ ਵੀ ਕਲਾਸ ਨੂੰ ਵਾਚ ਕਰਿਓ ਆਨਸਰ ਸਾਰੇ ਕਰਿਆ ਕਰੋ ਸਹੀ ਆਨਸਰ ਕਰਿਓ ਵੈਰੀ ਗੁੱਡ ਜੀ ਅਤੇ 27 ਅਗਸਤ 1925 ਈਸਵੀ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਪਿੰਡ ਮureed ਵਿੱਚ ਠੀਕ ਹੈ ਜੀ ਜ਼ਿਲ੍ਹਾ ਜੇਲਮ ਬਿਲਕੁਲ ਵੈਰੀ ਗੁੱਡ ਜੀ ਪਹਿਲੇ ਕੁਐਸਚਨ ਦਾ ਆਨਸਰ ਲਗਭਗ ਸਾਰੇ ਬੱਚਿਆਂ ਨੇ ਸਹੀ ਆਨਸਰ ਕੀਤਾ ਹੈ ਵੈਰੀ ਗੁੱਡ ਜਸਵੰਤ ਸਿੰਘ ਨੇਕੀ ਤੇ ਅਗਲਾ ਕੁਐਸਚਨ ਹੈ ਤੁਹਾਡੇ ਸਾਹਮਣੇ ਕਲਾਸ ਨੂੰ ਸ਼ੇਅਰ ਕਰ ਦਿਓ ਵੀ ਠੀਕ ਹੈ ਨਾਲ ਦੀ ਨਾਲ ਲਾਈਕ ਤਾਂ ਜ਼ਰੂਰ ਹੀ ਕਰ ਦੇਣਾ ਕਲਾਸ ਨੂੰ ਜਸਵੰਤ ਸਿੰਘ ਨੇਕੀ ਜਿਹੜੇ ਮਸ਼ਹੂਰ ਡੈਸ਼ ਸਨ ਦਿਲ ਦੇ ਰੋਗੀ ਰੋਗ ਦੇ ਮਾਹਿਰ ਸੀਗੇ ਮਨੋ ਰੋਗ ਮਾਹਿਰ ਸੀਗੇ ਜੀਵ ਚਿਕਿਤਸਾ ਦੇ ਮਾਹਿਰ ਜਾਂ ਫਿਰ ਇੰਨਾ ਚੋ ਕੋਈ ਨਹੀਂ ਜਦੋਂ ਆਪਾਂ ਕਰਦੇ ਆ ਡਾਕਟਰ ਜਸਵੰਤ ਸਿੰਘ ਨੇਕੀ ਠੀਕ ਹੈ ਤੇ ਜਿਹੜਾ ਡਾਕਟਰ ਲੱਗਿਆ ਹੋਇਆ ਉਹ ਵੈਸੇ ਹੀ ਨਹੀਂ ਠੀਕ ਹੈ ਸਿਰਫ ਪੀ ਐਚ ਡੀ ਕਰਕੇ ਹੀ ਨਹੀਂ ਲੱਗਿਆ ਬਲਕਿ ਜਿਹੜੇ ਆ ਇਹਨਾਂ ਨੇ ਇੱਕ ਡਾਕਟਰ ਸੀਗੇ ਰੀਅਲ ਚ ਠੀਕ ਹੈ ਹਾਂਜੀ ਬੀ ਤੇ ਸੀ ਦੋਨੋਂ ਆਪਸ਼ਨ ਕਰ ਰਹੇ ਹੋ ਦਿਲਜੀਤ ਸੁਖਪਾਲ ਸੁਖਵਿੰਦਰ ਰਾਜਵਿੰਦਰ ਬੀ ਆਪਸ਼ਨ ਕਰ ਰਿਹਾ ਅਮਨ ਕਿਰਨ ਐਂਡ ਜਸਪ੍ਰੀਤ ਸੀ ਆਪਸ਼ਨ ਕਰ ਰਿਹਾ ਤਾਂ ਇਹਦੇ ਵਿੱਚ ਰਾਈਟ ਆਪਸ਼ਨ ਜਿਹੜਾ ਆਪਣਾ ਬਣੂਗਾ ਉਹ ਹੋਊਗਾ ਮਨੋਰੋਗ ਚਿਕਿਤਸਕ ਠੀਕ ਹੈ ਮਨੋਰੋਗ ਚਿਕਿਤਸਕ ਜਿਹੜੇ ਮਾਹਿਰ ਸੀਗੇ ਆਪਣੇ ਜਸਵੰਤ ਸਿੰਘ ਨਿੱਕੀ ਅਗਲਾ ਕੁਸ਼ਨ ਹੈਗਾ ਜਸਵੰਤ ਸਿੰਘ ਨਿੱਕੀ ਨੇ ਵਿਦਿਆਰਥੀ ਜੀਵਨ ਵਿੱਚ ਕਿਹੜਾ ਤਖੱਲਸ ਵਰਤਿਆ ਸੀ ਹਾਂਜੀ ਆਨਸਰ ਕਰਨਾ ਹੈ ਜਸਵੰਤ ਸਿੰਘ ਨਿੱਕੀ ਪਹਿਲਾਂ ਨਿੱਕੀ ਤਖੱਲਸ ਜਿਹੜਾ ਨਹੀਂ ਵਰਤਦੇ ਸੀ ਆਪਣੇ ਜਿੰਨੇ ਵੀ ਕਵੀ ਹੋਏ ਆ ਠੀਕ ਹੈ ਉਹਨਾਂ ਨੇ ਜਿਹੜਾ ਉਹ ਦੋ ਦੋ ਤਖੱਲਾਸ ਵਰਜੋਂ ਜਿਹੜੇ ਉਹ ਆਪਣੇ ਤਖੱਲਾਸ ਵਰਤੇ ਆ ਦੋ ਨਾਂ ਠੀਕ ਹੈ ਉਪਨਾਮ ਵੀ ਕਹਿ ਸਕਦੇ ਆ ਤੇ ਹਮੇਸ਼ਾ ਜਿਹੜੇ ਆ ਉਹ ਜਿਹੜਾ ਬਾਅਦ ਵਿੱਚ ਜਿਹੜੇ ਪ੍ਰਸਿੱਧ ਹੋਏ ਆ ਉਸ ਤੋਂ ਪਹਿਲਾਂ ਇੱਕ ਤਖੱਲਾਸ ਹੋਰ ਵਰਤਦੇ ਸੀ ਤੇ ਉਹਦਾ ਅਨਸਰ ਕਰਨਾ ਤੇ ਵਿਦਿਆਰਥੀ ਜੀਵਨ ਜਿਹੜਾ ਇੱਥੇ ਲਿਖਿਆ ਹੋਇਆ ਹੈ ਕਿਉਂ ਲਿਖਿਆ ਹੋਇਆ ਹੈ ਕਿਉਂਕਿ ਜਸਵੰਤ ਸਿੰਘ ਨਿੱਕੀ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ 12 ਸਾਲਾਂ ਦੀ ਉਮਰ ਵਿੱਚ ਜਿਹੜਾ ਇਹਨਾਂ ਨੇ ਕਵਿਤਾਵਾਂ ਲਿਖੜੀਆਂ ਸਟਾਰਟ ਕਰ ਦਿੱਤੀਆਂ ਸੀ ਠੀਕ ਹੈ ਇਟਸ ਓਕੇ ਜੀ ਰਿਕਾਰਡਡ ਕਲਾਸ ਜਿਹੜੇ ਨਹੀਂ ਦੇਖ ਪਾਉਂਦੇ ਉਸ ਤੋਂ ਬਾਅਦ ਰਿਕਾਰਡਡ ਕਲਾਸ ਜ਼ਰੂਰ ਦੇਖ ਲਿਆ ਕਰੋ ਠੀਕ ਹੈ ਜੀ ਇੱਥੇ ਅਨਸਰ ਕਰ ਰਹੇ ਹੋ ਸੀ ਤੇ ਸੀ ਬਿਲਕੁਲ ਅਨਸਰ ਰਾਈਟ ਹੋ ਰਿਹਾ ਤੁਹਾਡਾ ਠੀਕ ਹੈ ਜੀ ਮਲਤਸੀ ਨਾਮ ਦਾ ਜਿਹੜਾ ਉਹ ਤਖੱਲਸ ਵਰਤਦੇ ਸੀ ਜਸਵੰਤ ਸਿੰਘ ਨੇ ਕੀ ਉਹਨਾਂ ਨੇ ਬਾਅਦ ਵਿੱਚ ਲਾਇਆ ਤੇ ਤੁਸੀਂ ਇੱਥੇ ਅਨਸਰ ਕਰਨਾ ਹੈ ਦੁਖੀਆ ਜਿਹੜਾ ਤਖੱਲਸ ਹੈ ਉਹ ਕੌਣ ਵਰਤਦੇ ਸੀ ਪਹਿਲਾਂ ਠੀਕ ਹੈ ਬਾਅਦ ਵਿੱਚ ਕੁਝ ਹੋਰ ਵਰਤਦੇ ਸੀ ਤੇ ਆਪਾਂ ਕਰ ਚੁੱਕੇ ਹਾਂ ਇਹਦਾ ਰਾਈਟ ਅਨਸਰ ਕਰ ਦਿਓ ਦੁਖੀਆ ਜਿਹੜਾ ਤਖੱਲਸ ਹੈ ਉਹ ਕਿਹੜੇ ਆਧੁਨਿਕ ਕਵੀ ਵਰਤਦੇ ਸੀ ਹਾਂਜੀ ਕਰੋ ਵੀ ਅਨਸਰ ਪਹਿਲਾਂ ਆਪਾਂ ਕਰ ਚੁੱਕੇ ਹਾਂ ਹਾਂਜੀ ਪੂਰਾ ਨਾਂ ਦੱਸਣਾ ਕਵੀ ਦਾ ਪੂਰਾ ਨਾਂ ਜਿਹੜਾ ਪਹਿਲਾਂ ਹੀਰਾ ਸਿੰਘ ਦਰਦ ਵੈਰੀ ਗੁੱਡ ਜੀ ਵੈਰੀ ਗੁੱਡ ਹੀਰਾ ਸਿੰਘ ਦਰਦ ਪਹਿਲਾਂ ਦੁਖੀਆਤ ਖਲਸ ਵਰਤਦੇ ਸੀ ਬਾਅਦ ਵਿੱਚ ਉਹਨਾਂ ਨੇ ਜਿਹੜਾ ਉਹ ਦਰਦ ਲਾਇਆ ਹਾਂਜੀ ਪੇਡ ਕਲਾਸ ਦਾ ਜਿਹੜਾ ਟਾਈਮ ਹੈਗਾ 5 ਵਜੇ ਠੀਕ ਹੈ ਜੀ ਤੇ ਇਹਦੇ ਨਾਲ ਹੋਰ ਕੋਈ ਸਬੰਧਿਤ ਇਹਦੇ ਨਾਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਵੀ ਜਾਣਕਾਰੀ ਪ੍ਰਾਪਤ ਤਾਂ ਨੰਬਰ ਜਿਹੜਾ ਆਪਣਾ ਦਿੱਤਾ ਹੁੰਦਾ ਠੀਕ ਹੈ ਉਸ ਨੰਬਰ ਤੇ 001 ਵਾਲੇ ਤੇ ਤੁਸੀਂ ਜਿਹੜਾ ਉਹ ਕੰਟੈਕਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਵਿਮਲ ਪ੍ਰੀਤ ਬਿਲਕੁਲ ਜੀ ਹੀਰਾ ਸਿੰਘ ਦਰਦ ਨੇ ਦੁਖੀਆ ਜਿਹੜਾ ਉਹ ਪਹਿਲਾਂ ਤਖਲਸ ਵਰਤਿਆ ਸੀ ਬਾਅਦ ਵਿੱਚ ਦਰਦ ਉਵੇਂ ਹੀ ਜਸਵੰਤ ਸਿੰਘ ਡਾਕਟਰ ਜਸਵੰਤ ਸਿੰਘ ਨੇ ਕੀ ਨੇ ਪਹਿਲਾਂ ਨਕੀ ਤਖਲਸ ਨਹੀਂ ਵਰਤਦੇ ਸੀ ਪਹਿਲਾਂ ਕਿਹੜਾ ਵਰਤਦੇ ਸੀ ਮੁਲਤਸੀ ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਲਾਸ ਨੂੰ ਸ਼ੇਅਰ ਕਰ ਦੂ ਪਹਿਲਾਂ ਸਾਰੇ ਬੱਚੇ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਵੀ ਠੀਕ ਹੈ ਤੇ ਨੇਕੀ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਸ ਕਾਵ ਸੰਗ੍ਰਹਿ ਵਿੱਚ ਕੋਈ ਵੀ ਭੂਮਿਕਾ ਜਾਂ ਫਿਰ ਅੰਤਿਕਾ ਨਹੀਂ ਲਿਖੀ ਜਾਂ ਨਹੀਂ ਲਿਖਵਾਈ ਡਾਕਟਰ ਜਸਵੰਤ ਸਿੰਘ ਨੇਕੀ ਨੇ ਆਪਦੇ ਕਿਹੜੇ ਕਾਵ ਸੰਗ੍ਰਹਿ ਵਿੱਚ ਕਿਸੇ ਤੋਂ ਵੀ ਕੋਈ ਵੀ ਜਿਹੜੀ ਆ ਉਹ ਭੂਮਿਕਾ ਤੇ ਅੰਤਿਕਾ ਦੋਨੋਂ ਨਹੀਂ ਲਿਖਵਾਈਆਂ ਏ ਮੇਰੇ ਸੰਸੇ ਏ ਮੇਰੇ ਗੀਤ ਗੀਤ ਮੇਰਾ ਸੋਹਿਲਾ ਤੇਰਾ ਪ੍ਰਤਿਬਿੰਬ ਦੇ ਸਰੋਵਰ ਚੋਂ ਅਸਲੇ ਤੇ ਓਲੇ ਆ ਚਾਰੋਂ ਪਹਿਲੀ ਗੱਲ ਤਾਂ ਚਾਰੋਂ ਜਿਹੜੇ ਕਾਵ ਸੰਗ੍ਰਹਿ ਹੈਗੇ ਆ ਉਹ ਜਸਵੰਤ ਸਿੰਘ ਨਿੱਕੇ ਦੇ ਹੈਗੇ ਆ ਠੀਕ ਆ ਨੋਟ ਜ਼ਰੂਰ ਕਰ ਲਿਓ ਗੁਰਵਿੰਦਰ ਕੌਰ ਵੈਰੀ ਗੁੱਡ ਮਾਰਨਿੰਗ ਜੀ ਨੋਟ ਜ਼ਰੂਰ ਕਰ ਲਿਓ ਤੇ ਅਨਸਰ ਕਰਿਓ ਏ ਹਾਂਜੀ ਰਾਈਟ ਆਪਸ਼ਨ ਕਰ ਦਿਓ ਸਾਰੇ ਬੱਚੇ ਜਿੰਨੇ ਵੀ ਲਾਈਵ ਦੇਖ ਰਹੇ ਹੋ ਕਲਾਸ ਨੂੰ ਆਪਸ਼ਨ ਜਿਹੜਾ ਇਹਨਾਂ 'ਚੋਂ ਕੋਈ ਇੱਕ ਚੂਜ਼ ਕਰਨਾ ਹੁੰਦਾ ਹੈ ਤੇ ਕਰੋ ਵੀ ਏ ਆਪਸ਼ਨ ਕਰ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਦੱਸਣਾ ਹੈ ਕਿ ਇਹ ਮੇਰੇ ਸੰਸੇ ਇਹ ਮੇਰੇ ਗੀਤ ਏ ਆਪਸ਼ਨ ਜਿਹੜੇ ਕਰ ਰਹੇ ਹੋ ਤੁਸੀਂ ਦੱਸਣਾ ਹੈ ਕਿ ਆਹ ਵਾਲੀ ਜਿਹਦੇ ਕੋਈ ਭੂਮਿਕਾ ਨਹੀਂ ਲਿਖੀ ਹੋਈ ਸਮਰਪਿਤ ਕਿਨੂੰ ਕੀਤੀ ਹੈ ਜਾਂ ਪੇਂਟ ਕਿਨੂੰ ਕੀਤੀ ਹੈ ਜਸਵੰਤ ਸਿੰਘ ਨੇਕੀ ਨੇ ਕਿਨੂੰ ਪੇਂਟ ਕੀਤੀ ਹੈ ਇਹ ਮੇਰੇ ਸੰਸੇ ਇਹ ਮੇਰੇ ਗੀਤ ਸੰਗਮ ਥਿੰਦ ਵੈਰੀ ਗੁੱਡ ਮਾਰਨਿੰਗ ਜੀ ਏ ਆਪਸ਼ਨ ਬਿਲਕੁਲ ਰਾਈਟ ਕਰ ਰਹੇ ਹੋ ਤੁਸੀਂ ਠੀਕ ਹੈ ਇਹ ਮੇਰੇ ਸੰਸੇ ਇਹ ਮੇਰੇ ਗੀਤ ਜਿਹੜਾ ਕਾਵ ਸੰਗ੍ਰਹਿ ਹੈਗਾ ਹੈ ਸਵੰਤ ਸਿੰਘ ਨੇਕੀ ਦਾ ਐਨਾ ਨੇ ਜਿਹੜਾ ਇਹਦੀ ਕੋਈ ਵੀ ਭੂਮਿਕਾ ਜਾਂ ਫਿਰ ਅੰਤਿਕਾ ਭੂਮਿਕਾ ਜਿਹੜੀ ਆ ਉਹ ਸਟਾਰਟਿੰਗ ਚ ਸ਼ੁਰੂਆਤ ਵਿੱਚ ਹੁੰਦੀ ਆ ਅੰਤਿਕਾ ਜਿਹੜੀ ਆ ਉਹ ਐਂਡ ਤੇ ਲਿਖੀ ਹੁੰਦੀ ਹੈ ਠੀਕ ਹੈ ਤੇ ਇਹਨਾਂ ਨੇ ਇਸ ਕਾਵ ਸੰਗ੍ਰਹਿ ਵਿੱਚ ਕੋਈ ਵੀ ਭੂਮਿਕਾ ਤੇ ਜਿਹੜੀ ਅੰਤਿਕਾ ਉਹ ਨਹੀਂ ਲਿਖੀ ਹਰਪ੍ਰਜਨ ਸਿੰਘ ਬਿਲਕੁਲ ਜੀ ਡਾਕਟਰ ਹਰਪ੍ਰਜਨ ਸਿੰਘ ਨੂੰ ਇਹਨਾਂ ਨੇ ਜਿਹੜੀ ਆ ਉਹ ਪੇਂਟ ਕੀਤੀ ਹੈ ਇਹ ਮੇਰੇ ਸੰਸੇ ਇਹ ਮੇਰੇ ਗੀਤ ਹਰਪ੍ਰਜਨ ਸਿੰਘ ਨੂੰ ਠੀਕ ਹੈ ਜੀ ਅਗਲਾ ਕੁਐਸ਼ਨ ਆ ਚਾਰੋਂ ਜਿਹੜੇ ਆ ਉਹ ਕਾਵ ਸੰਗ੍ਰਹਿ ਜਸਵੰਤ ਸਿੰਘ ਨੇਕੀ ਦੇ ਹੈਗੇ ਆ ਨੋਟ ਜ਼ਰੂਰ ਕਰ ਲਿਓ ਤੇ ਅਗਲਾ ਕੁਐਸ਼ਨ ਹੈਗਾ ਹੈੇਠਾਂ ਵਿੱਚੋਂ ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਦਾ ਨਾਮ ਦੱਸਣਾ ਤੁਸੀਂ ਸਵੈ ਜੀਵਨੀ ਕੁਐਸ਼ਨ ਨੂੰ ਧਿਆਨ ਨਾਲ ਪੜ੍ਹਨਾ ਫਿਰ ਅਨਸਰ ਕਰਨਾ ਹੈ ਠੀਕ ਹੈ ਜੀ ਕੋਈ ਨਾਉ ਨਾ ਜਾਣੇ ਮੇਰਾ ਮੇਰਾ ਮੇਰੀ ਸਾਇਤਿਕ ਸਵੈ ਜੀਵਨੀ ਦੋਵੇਂ ਜਾਂ ਫਿਰ ਇੰਨਾ ਚੋ ਕੋਈ ਨਹੀਂ ਹਾਂਜੀ ਕਿਹੜਾ ਆਪਸ਼ਨ ਰਾਈਟ ਹੋਵੇਗਾ ਏ ਤੇ ਸੀ ਦੋਨੋਂ ਆਨਸਰ ਕਰ ਰਹੇ ਹੋ ਧਿਆਨ ਨਾਲ ਪਹਿਲਾਂ ਕੁਐਸਚਨ ਨੂੰ ਪੜ ਲਿਓ ਇੱਥੇ ਪੁੱਛਿਆ ਕੀ ਜਾ ਰਿਹਾ ਡਾਕਟਰ ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਬਾਰੇ ਪੁੱਛਿਆ ਜਾ ਰਿਹਾ ਠੀਕ ਹੈ ਜੀ ਆਪਸ਼ਨ ਸੀ ਕਰ ਰਹੇ ਹੋ ਸੀ 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 ਇੱਥੇ ਕੁਐਸਚਨ ਵਾਰ-ਵਾਰ ਕਰ ਰਹੀਆਂ ਕੁਐਸਚਨ ਨੂੰ ਧਿਆਨ ਨਾਲ ਪੜੋ ਉਸ ਤੋਂ ਬਾਅਦ ਆਨਸਰ ਕਰਨਾ ਹੈ ਇੱਥੇ ਸੀ ਆਨਸਰ ਕਰ ਰਹੇ ਹੋ ਸੀ ਹਜੇ ਵੀ ਗਲਤ ਹੋ ਰਹੀਆਂ ਵੀ ਤੁਹਾਡਾ ਆਨਸਰ ਇੱਥੇ ਪੁੱਛਿਆ ਕੀ ਇਹਨਾਂ ਨੇ ਸਵੈ ਜੀਵਨੀ ਦਾ ਨਾਂ ਕੀ ਸਾਹਿਤਕ ਸਵੈ ਜੀਵਨੀ ਦਾ ਠੀਕ ਹੈ ਜੀ ਇਹਨਾਂ 'ਚ ਪੁੱਛਿਆ ਜਾ ਰਿਹਾ ਸਵੈ ਜੀਵਨੀ ਕੋਈ ਨਾਉ ਨਾ ਜਾਣੇ ਮੇਰਾ ਇਹਨਾਂ ਦੀ ਰਚਨਾ ਹੈਗੀ ਹੈ ਸਵੈ ਜੀਵਨੀ ਠੀਕ ਹੈ ਜੀ ਤੇ 2000 ਵਿੱਚ ਇਹਨਾਂ ਨੇ ਜਿਹੜੀ ਆ ਉਹ ਆਪਦੀ ਸਵੈ ਜੀਵਨੀ ਲਿਖੀ ਹੈ ਜੇਕਰ ਇੱਥੇ ਪੁੱਛਿਆ ਹੁੰਦਾ ਕਿ ਜਸਵੰਤ ਸਿੰਘ ਨੇਕੀ ਦੀ ਸਾਇਤਿਕ ਸਵੈ ਜੀਵਨੀ ਦਾ ਨਾਂ ਦੱਸੋ ਜਾਂ ਕਦੋਂ ਛਪੀ ਠੀਕ ਹੈ ਫਿਰ ਆਪਾਂ ਰਾਈਟ ਆਪਸ਼ਨ ਕਰਨਾ ਸੀ ਮੇਰੀ ਸਾਇਤਿਕ ਸਵੈ ਜੀਵਨੀ ਜਾਂ ਫਿਰ ਕੁਐਸਚਨ ਬਣਦਾ ਕਿ ਡਾਕਟਰ ਜਸਵੰਤ ਸਿੰਘ ਨੇ ਕੀ ਦੀਆਂ ਸਵੈ ਜੀਵਨੀਆਂ ਦੇ ਨਾਂ ਦੱਸੋ ਜਾਂ ਕਿਹੜੀਆਂ-ਕਿਹੜੀਆਂ ਹਨ ਫਿਰ ਆਪਾਂ ਦੋਵੇਂ ਆਪਸ਼ਨ ਜਿਹੜਾ ਉਹ ਕਰਨਾ ਸੀ ਠੀਕ ਹੈ ਇੱਥੇ ਇਹ ਆਪਸ਼ਨ ਰਾਈਟ ਹੋਵੇਗਾ ਕੋਈ ਨਾ ਉਹ ਨਾ ਜਾਣੇ ਮੇਰਾ 2000 ਵਿੱਚ ਇਹਨਾਂ ਨੇ ਇਸ ਨੂੰ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਹੁਣ ਸਵੈ ਜੀਵਨੀ ਹੁੰਦੀ ਕੀ ਆ ਉਹ ਵੀ ਦੱਸ ਦਿਓ ਨਾਲ ਦੇ ਨਾਲ ਹਾਂਜੀ ਅਗਲਾ ਕੁਐਸਚਨ ਹੈ ਕੀ ਡਾਕਟਰ ਜਸਵੰਤ ਸਿੰਘ ਨੇ ਕੀ ਨੀ ਪਾਈ ਵੀਰ ਸਿੰਘ ਸਾਹਿਤ ਸਦਨ ਦੇ ਤੌਰ ਤੇ ਕੰਮ ਕੀਤਾ ਠੀਕ ਹੈ ਕਿਹੜੇ ਪ੍ਰਧਾਨ ਰਹੇ ਆ ਉਪ ਪ੍ਰਧਾਨ ਹੈ ਦੋਵੇਂ ਆ ਜਾਂ ਫਿਰ ਇੰਨਾ ਵਿੱਚੋਂ ਕੋਈ ਨਹੀਂ ਪਾਈ ਵੀਰ ਸਿੰਘ ਸਾਹਿਤ ਸਦਨ ਦੇ ਪ੍ਰਧਾਨ ਹੈ ਉਪ ਪ੍ਰਧਾਨ ਰਹੇ ਸੀ ਦੋਵੇਂ ਰਹੇ ਸੀ ਜਾਂ ਫਿਰ ਕੋਈ ਨਹੀਂ ਇੰਨਾ ਵਿੱਚੋਂ ਹਾਂਜੀ ਅਨਸਰ ਕਰੋ ਬਈ ਰਾਈਟ ਆਪਸ਼ਨ ਕਿਹੜਾ ਹੋਵੇਗਾ ਬੀ ਤੇ ਏ ਦੋਨੋਂ ਅਨਸਰ ਕਰ ਰਹੇ ਹੋ ਏ ਬੀ ਗੁਰਵਿੰਦਰ ਬੀ ਆਪਸ਼ਨ ਕਰ ਰਹੇ ਹੋ ਤੇ ਸੁਖਵਿੰਦਰ ਕੌਰ ਏ ਅਨਸਰ ਕਰ ਰਹੇ ਹੋ ਜਸਵੰਤ ਸਿੰਘ ਨੇਕੀ ਦੀ ਜਿਹੜੀ ਆ ਉਹ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਜਿਹੜੇ ਰਹੇ ਆ ਪ੍ਰਧਾਨ ਜਾਂ ਫਿਰ ਉਪ ਪ੍ਰਧਾਨ ਤੇ ਉਪ ਪ੍ਰਧਾਨ ਰਹੇ ਆ ਵੀ ਵੈਰੀ ਗੁੱਡ ਠੀਕ ਹੈ ਜੀ ਬੀ ਆਪਸ਼ਨ ਬਿਲਕੁਲ ਰਾਈਟ ਕੀਤਾ ਤੁਸੀਂ ਤੇ ਅਗਲਾ ਕੁਐਸਚਨ ਹੈਗਾ ਉਹਨੂੰ ਧਿਆਨ ਨਾਲ ਪੜੋ ਤੇ ਫੇਰ ਕਰੋ ਅਨਸਰ ਹਾਂਜੀ ਪਿਲਗ੍ਰੀਮ ਇਸ ਤੋ ਹੇਮਕੁੰਟ ਦਾ ਸਾਲ ਦੱਸਣਾ ਤੁਸੀਂ ਕਦੋਂ ਪ੍ਰਕਾਸ਼ਿਤ ਹੋਈ ਹੈ ਰਚਨਾ ਕੀਤੀ ਹੈ ਡਾਕਟਰ ਜਸਵੰਤ ਸਿੰਘ ਨੇਕੀ ਦੀ ਰਚਨਾ ਠੀਕ ਹੈ ਕਾਵ ਸੰਗ੍ਰਹਿ ਹੈਗਾ 2000 2002 2004 ਜਾਂ ਫਿਰ 1992 ਹਾਂਜੀ ਅਨਸਰ ਕਰੋ ਰਾਈਟ ਆਪਸ਼ਨ ਕਿਹੜਾ ਹੋਵੇਗਾ ਪ੍ਰਕਾਸ਼ਨ ਸਾਲ ਦੱਸਣਾ ਤੁਸੀਂ ਇਸ ਕਾਵ ਸੰਗ੍ਰਹਿ ਦਾ ਹਾਂਜੀ ਮਨਪ੍ਰੀਤ ਕੌਰ ਬੀ ਆਪਸ਼ਨ ਕਰ ਰਹੇ ਹੋ ਬੀ ਹਾਂਜੀ 2002 ਅਨਸਰ ਕਰ ਰਹੇ ਹੋ 2000 ਵਿੱਚ ਇਹਨਾਂ ਦੀ ਜਿਹੜੀ ਆ ਉਹ ਸਵੈ ਜਵਨੀ ਆਈ ਹੈ ਠੀਕ ਹੈ ਤੇ ਜਦੋਂ ਆਪਾਂ ਇਹਨਾਂ ਦੀ ਸਾਇਤਿਕ ਸਵੈ ਜਵਨੀ ਦੀ ਗੱਲ ਕਰਦੇ ਆ ਤਾਂ 1992 ਚ ਆਈ ਹੈ ਫਿਰ ਆ ਦੋਨੋਂ ਤਾਂ ਕੱਟੇ ਗਈ ਆ ਵੀ ਠੀਕ ਹੈ ਹੁਣ ਤੁਸੀਂ ਦੱਸਣਾ ਕਿ ਰਾਈਟ ਆਪਸ਼ਨ ਕਿਹੜਾ ਹੋਵੇਗਾ ਬੀ ਅਨਸਰ ਕਰ ਰਹੇ ਹੋ ਬੀ ਹਾਂਜੀ ਜਿੰਨੇ ਵੀ ਕਲਾਸ ਨੂੰ ਵਾਚ ਕਰ ਰਹੇ ਹੋ ਸਾਰੇ ਦੇ ਸਾਰੇ ਸਟੂਡੈਂਟ ਜਿਹੜਾ ਉਹ ਅਨਸਰ ਜ਼ਰੂਰ ਕਰਿਆ ਕਰੋ ਹਾਂਜੀ ਰਾਈਟ ਆਪਸ਼ਨ ਕੀਤਾ ਵੀ B 2002 ਜਾਂ ਫਿਰ 2004 ਦੋਨਾਂ ਚੋਂ B ਆਪਸ਼ਨ ਬਿਲਕੁਲ ਸਹੀ ਹੈ ਵੀ ਤੁਹਾਡਾ ਠੀਕ ਹੈ ਜੀ ਅਗਲਾ ਕੁਐਸਚਨ ਹੈ ਬਿਰਖੇ ਹੈ ਹੇਠ ਸਭਜੰਤ ਆਹ ਵੀ ਰਚਨਾ ਕੀਤੀ ਆ ਆਪਣੇ ਜਸਵੰਤ ਸਿੰਘ ਨੇਕੀ ਦੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਠੀਕ ਹੈ ਜੀ ਹਾਂਜੀ ਅਨਸਰ ਕਰੋ ਸਵੈ ਜੀਵਨੀ ਹੈਗੀ ਆ ਪਰੰਤੂ ਇੱਕ ਤਾਂ ਹੁੰਦੀ ਹੈ ਸਵੈ ਜੀਵਨੀ ਇੱਕ ਹੁੰਦੀ ਹੈ ਸਾਹਿਤਕ ਸਵੈ ਜੀਵਨੀ ਹੁਣ ਸਵੈ ਜੀਵਨੀ ਵਿੱਚ ਉਹਨਾਂ ਨੇ ਕੋਈ ਵੀ ਰਾਈਟਰ ਹੈ ਠੀਕ ਹੈ ਕੋਈ ਵੀ ਲੇਖਕ ਹੈ ਉਹ ਆਪਦੀ ਜਿਹੜੀ ਹੈ ਉਹ ਪੂਰੀ ਜ਼ਿੰਦਗੀ ਦੀਆਂ ਕਿਸੇ ਵੀ ਘਟਨਾ ਨੂੰ ਮਤਲਬ ਲੜੀ ਵਾਰ ਤਰਤੀਬ ਵਿੱਚ ਦੇ ਕੇ ਹਰ ਇੱਕ ਘਟਨਾ ਨੂੰ ਬਿਆਨ ਕਰਦਾ ਜਿਹੜਾ ਵੀ ਉਹ ਦੱਸਣਾ ਚਾਹੁੰਦਾ ਹੈ ਠੀਕ ਹੈ ਪਰੰਤੂ ਜਦੋਂ ਆਪ ਸਾਹਿਤਕ ਸਵੈ ਜੀਵਨੀ ਦੀ ਗੱਲ ਕਰਦੇ ਆਂ ਉਦੋਂ ਉਹਨਾਂ ਨੇ ਜਿਹੜੀਆਂ ਰਚਨਾਵਾਂ ਕੀਤੀਆਂ ਹੁੰਦੀਆਂ ਠੀਕ ਹੈ ਉਹਨਾਂ ਦੇ ਪਿੱਛੇ ਉਹਨਾਂ ਨੇ ਉਹ ਵਾਲੀ ਰਚਨਾ ਮੰਨ ਲਓ ਆਪਾਂ ਆਪਾਂ ਨਾਨਕ ਸਿੰਘ ਦੀ ਗੱਲ ਕਰਦੇ ਆਂ ਠੀਕ ਹੈ ਤੇ ਉਹਨਾਂ ਦੀ ਜਿਹੜੀ ਸਾਹਿਤਕ ਸਵੈ ਜੀਵਨੀ ਹੈ ਠੀਕ ਹੈ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੇ ਮੰਨ ਲਓ ਉਹਨਾਂ ਦੇ ਜਿੰਨੇ ਵੀ ਨਾਵਲ ਹੈਗੇ ਆ ਜਾਂ ਫਿਰ ਕਹਾਣੀਆਂ ਹੈਗੀਆਂ ਉਨ੍ਹਾਂ ਦੇ ਬਾਰੇ ਜਾਂ ਫਿਰ ਉਹਨਾਂ ਨੂੰ ਪ੍ਰੇਰਣਾ ਕਿੱਥੋਂ ਮਿਲੀ ਸੀ ਠੀਕ ਹੈ ਮੰਨ ਲਓ ਉਹਨਾਂ ਦੀ ਆਪਾਂ ਕੱਲੋ ਕਹਾਣੀ ਦੀ ਗੱਲ ਕਰਦੇ ਹਾਂ ਠੀਕ ਹੈ ਤੇ ਉਹਨਾਂ ਨੇ ਸਾਹਿਤਕ ਸਵੈ ਜੀਵਨੀ ਚ ਕੀ ਲਿਖਿਆ ਹੋਵੇਗਾ ਵੀ ਉਹਨਾਂ ਨੇ ਕੱਲੋ ਕਹਾਣੀ ਜਿਹੜੀ ਹੈ ਉਹ ਕਿੱਥੋਂ ਚੱਕੀ ਹੈ ਠੀਕ ਹੈ ਉਸ ਪਾਤਰ ਨੂੰ ਕਿੱਥੇ ਮਿਲੇ ਸੀ ਕਿਉਂ ਇਹਨਾਂ ਨੂੰ ਪ੍ਰੇਰਣਾ ਮਿਲੀ ਵੀ ਮੈਂ ਕਹਾਣੀ ਲਿਖਾਂ ਠੀਕ ਹੈ ਤੇ ਜਿੰਨੀਆਂ ਵੀ ਰਚਨਾਵਾਂ ਹੁੰਦੀਆਂ ਜਿਹੜੀਆਂ ਸਾਹਿਤਕ ਰਚਨਾਵਾਂ ਹੁੰਦੀਆਂ ਉਹਨਾਂ ਦਾ ਜਿਹੜਾ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰ ਰਹੇ ਹੁੰਦੇ ਆ ਠੀਕ ਹੈ ਉਹਨਾਂ ਬਾਰੇ ਉਹ ਸਾਹਿਤਕ ਸਵੈ ਜੀਵਨੀ ਵਿੱਚ ਲਿਖਦੇ ਆ ਪਰੰਤੂ ਜੇਕਰ ਗੱਲ ਕਰੀਏ ਸਵੈ ਜੀਵਨੀ ਦੀ ਤੇ ਉਹਦੇ ਵਿੱਚ ਉਹ ਆਪਦੇ ਪੂਰੇ ਜੀਵਨ ਬਾਰੇ ਦੱਸਦੇ ਆ ਠੀਕ ਹੈ ਹੈਗੀ ਸਵੈ ਜੀਵਨੀ ਆ ਪਰੰਤੂ ਇੱਕ ਸਾਹਿਤਕ ਜਿਹੜੀ ਸਾਹਿਤ ਨਾਲ ਰਿਲੇਟਡ ਹੁੰਦੀ ਆ ਉਹਨਾਂ ਦੀਆਂ ਰਚਨਾਵਾਂ ਨਾਲ ਤੇ ਦੂਸਰੀ ਉਹਨਾਂ ਦੀ ਆਮ ਜ਼ਿੰਦਗੀ ਨਾਲ ਹਾਂਜੀ ਡੀ ਆਪਸ਼ਨ ਕਰ ਰਹੇ ਹੋ ਡੀ ਡੀ ਵਿਰਖੇ ਹੇਠ ਸਭਜੰਤ ਬਿਲਕੁਲ ਰਾਈਟ ਆਪਸ਼ਨ ਕੀਤਾ ਵੀ ਡੀ ਠੀਕ ਹੈ 1999 ਜਿਹੜਾ ਇਹਨਾਂ ਨੇ ਐਸ ਨੂੰ ਪ੍ਰਕਾਸ਼ਿਤ ਕੀਤਾ ਸੀ ਤੇ ਅਗਲਾ ਕੁਐਸਚਨ ਹੈਗਾ ਜਸਵੰਤ ਸਿੰਘ ਨੇਕੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਤੇ ਕਦੋਂ ਮਿਲਿਆ ਦੋਨੋਂ ਆਪਸ਼ਨ ਤੁਸੀਂ ਇੱਥੇ ਕਰ ਦੇਣੇ ਆ ਠੀਕ ਹੈ ਤੇ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਇਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਵੀ ਅਵਾਰਡ ਮਿਲ ਚੁੱਕਿਆ ਠੀਕ ਹੈ ਕੇਐਸ ਢਾਲੀਵਾਲ ਅਵਾਰਡ ਵੀ ਮਿਲ ਚੁੱਕਿਆ ਠੀਕ ਹੈ ਤੇ ਰਾਈਟ ਆਪਸ਼ਨ ਇਹਨਾਂ ਚੋਂ ਕਿਹੜਾ ਹੋਗਾ ਸਾਹਿਤ ਅਕਾਦਮੀ ਲਈ ਅਸਲੇ ਤੇ 올ੇ ਕਰुणा ਦੀ ਸ਼ੋਤੋਂ ਮਗਰੋਂ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕੋਈ ਨਾਉ ਨਾ ਜਾਣੇ ਮੇਰਾ ਤੇ ਇਹਦੇ ਬਾਰੇ ਆਪਾਂ ਕਰ ਚੁੱਕੇ ਹਾਂ ਕੋਈ ਨਾਉ ਨਾ ਜਾਣੇ ਮੇਰਾ ਕੇ ਦੀ ਮਹਿਤਾ ਵੈਰੀ ਗੁੱਡ ਮਾਰਨਿੰਗ ਜੀ ਹਾਂਜੀ ਅਨਸਰ ਕਰੋ ਅੱਜ ਦੇ ਜਿੰਨੇ ਵੀ ਕੁਐਸਚਨ ਹੈ ਅਨਸਰ ਤੁਸੀਂ ਕਰਨਾ ਹੈ ਠੀਕ ਹੈ ਮੈਂ ਸਭ ਤੋਂ ਸਾਰਿਆਂ ਦੇ ਅਨਸਰ ਲੈ ਕੇ ਉਸ ਤੋਂ ਬਾਅਦ ਆਪਾਂ ਕਰਨਾ ਹਾਂਜੀ ਇੱਥੇ 95 77 ਤੇ 79 ਤਿੰਨੋਂ ਅਨਸਰ ਆ ਗਏ ਆ ਵੀ ਪਹਿਲਾਂ ਤਾਂ ਇਹਦਾ ਅਨਸਰ ਕਰ ਦੋ ਵੀ ਕਿਹੜੀ ਰਚਨਾ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਜਿਸਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਹਰ ਇੱਕ ਰਾਈਟਰ ਜਿਹੜੀ ਵੀ ਆਪਣੇ ਲੇਖਕ ਹੈਗੇ ਪੰਜਾਬੀ ਲੇਖਕ ਭਾਵੇਂ ਉਹ ਆਧੁਨਿਕ ਹੋਵੇ ਠੀਕ ਹੈ ਭਾਵੇਂ ਆਪਾਂ ਉਹਨਾਂ ਨੂੰ ਨਾਵਲਕਾਰ ਦੇ ਤੌਰ ਤੇ ਕਰੀਏ ਨਾਟਕਕਾਰ ਦੇ ਤੌਰ ਤੇ ਕਰੀਏ ਸਵੈ ਜੀਵਨੀਕਾਰ ਦੇ ਤੌਰ ਤੇ ਕਰੀਏ ਉਹਨਾਂ ਦੀ ਜਿਹੜੀ ਪਹਿਲੀ ਰਚਨਾ ਹੈ ਤੇ ਆਖਰੀ ਰਚਨਾ ਹੈ ਜਾਂ ਫਿਰ ਉਹਨਾਂ ਦੀ ਜਿਹੜੀ ਸਵੈ ਜੀਵਨੀ ਹੈ ਜਾਂ ਫਿਰ ਉਹਨਾਂ ਨੂੰ ਜਿਹੜੇ ਅਵਾਰਡ ਮਿਲੇ ਸਨਮਾਨ ਪ੍ਰਾਪਤ ਹੋਈ ਹੈ ਠੀਕ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੋਨੂ ਖਾਨ ਜੀ ਵੈਰੀ ਗੁੱਡ ਮਾਰਨਿੰਗ ਇੱਥੇ ਬੀ ਆਪਸ਼ਨ ਕਰ ਰਹੇ ਹੋ ਦਿਲਜੀਤ ਕੌਰ ਵੈਰੀ ਗੁੱਡ ਬਿਲਕੁਲ ਜੀ ਬੀ ਆਪਸ਼ਨ ਬਿਲਕੁਲ ਰਾਈਟ ਹੈ ਤੁਹਾਡਾ ਇੱਥੇ ਹੈਗਾ ਕਰੋਨਾ ਦੀਸ਼ ਉਹ ਤੋਂ ਮਗਰੋਂ ਇਹਨਾਂ ਦੀ ਜਿਹੜੀ ਰਚਨਾ ਹੈ ਠੀਕ ਹੈ ਆਈ ਕਦੋਂ ਸੀ 1970 ਈਸਵੀ ਵਿੱਚ ਤੇ ਸਾਹਿਤ ਅਕਾਦਮੀ ਅਵਾਰਡ ਉਹ 2 ਸਾਲ ਬਾਅਦ ਇਹਨਾਂ ਨੂੰ ਮਿਲਿਆ ਸੀ 1979 ਈਸਵੀ ਵਿੱਚ ਠੀਕ ਹੈ ਬੀ ਆਪਸ਼ਨ ਬਿਲਕੁਲ ਰਾਈਟ ਕੀਤਾ ਜੇਕਰ ਆਪਾਂ ਇੱਥੇ ਗੱਲ ਕਰੀਏ ਕਿ ਇਹਨਾਂ ਦੀ ਜਿਹੜੀ ਪਹਿਲੀ ਰਚਨਾ ਕਿਹੜੀ ਹੈ ਅੱਲੀ ਰਚਨਾ ਇੱਥੇ ਇਹਨਾਂ ਦੀ ਕਿਹੜੀ ਹੋਗੀ ਵੈਸੇ ਇਹਨਾਂ ਨੇ ਸਟਾਰਟਿੰਗ ਵਿੱਚ ਜਿਹੜੀ ਆ ਉਹ ਬ੍ਰਜ ਭਾਸ਼ਾ ਦਾ ਇਹਨਾਂ ਨੂੰ ਗਿਆਨ ਸੀਗਾ ਉਰਦੂ ਫਾਰਸੀ ਬ੍ਰਜ ਪੰਜਾਬੀ ਹਨਾ ਤੇ ਬ੍ਰਜ ਭਾਸ਼ਾ ਵਿੱਚ ਲਿਖਣਾ ਸਟਾਰਟ ਕੀਤਾ ਸੀ 12 ਸਾਲ ਦੀ ਉਮਰ ਵਿੱਚ ਠੀਕ ਹੈ ਤੇ ਸਟਾਰਟਿੰਗ ਵਾਲੀਆਂ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਹੈਗੀਆਂ ਉਹ ਸੀਗੀਆਂ ਬ੍ਰਜ ਭਾਸ਼ਾ ਵਿੱਚ ਪਰੰਤੂ ਉੱਥੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਫਿਰ ਇਹਨਾਂ ਨੇ ਜਿਹੜਾ ਉਹ ਡਾਕਟਰ ਨਰਿੰਦਰ ਸਿੰਘ ਦੇ ਜਿਹੜੇ ਉਹ ਆਪਾਂ ਕਹਿ ਸਕਦੇ ਹਾਂ ਪ੍ਰੇਰਣਾ ਦੇ ਹੇਠ ਇਹਨਾਂ ਨੇ ਪੰਜਾਬੀ ਵਿੱਚ ਲਿਖਣਾ ਸਟਾਰਟ ਕੀਤਾ ਸੀ ਹਾਂਜੀ ਇਹ ਆਪਸ਼ਨ ਕਰਿਓ ਵੈਰੀ ਗੁੱਡ ਤੇ ਫਿਰ ਇਹਨਾਂ ਨੇ ਲਿਖਿਆ ਸੀ ਅਸਲੇ ਤੇ 올ੇ 1955 ਇਸਵੀ ਵਿੱਚ ਠੀਕ ਹੈ ਜੀ 1955 ਇੱਥੇ ਲਿਖ ਲਓ 1970 ਤੇ 1979 ਸਾਹਿਤ ਅਕਾਦਮੀ ਵਰ ਤੇ ਲਿਖਿਆ ਸੀ ਪ੍ਰਕਾਸ਼ਨ ਸਾਲ ਹੈ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਨੇ 1955 ਤੋਂ ਪਹਿਲੀਆਂ ਵਾਲੀਆਂ ਜਿੰਨੀਆਂ ਵੀ ਰਚਨਾਵਾਂ ਸੀਗੀਆਂ ਉਹਨਾਂ ਨੂੰ ਜਿਹੜਾ ਐਡ ਕੀਤਾ ਤੇ ਅਸਲੇ ਤੇ ਓਨਲੀ ਵਿੱਚ ਇਹਨਾਂ ਨੇ ਲਿਖਿਆ ਬਿਲਕੁਲ ਜੀ ਫਰਸਟ ਜਿਹੜੀ ਪਹਿਲੀ ਰਚਨਾ ਇਹਨਾਂ ਦੀ ਅਸਲੇ ਤੇ ਓਲੇ ਵੈਰੀ ਗੁੱਡ ਅਗਲਾ ਕੁਸ਼ਨ ਹੈਗਾ ਜਸਵੰਤ ਸਿੰਘ ਨੇ ਕੀ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਕਦੋਂ ਤੋਂ ਕਦੋਂ ਤੱਕ ਰਹੇ ਹੈ ਤਾਂ ਆਨਸਰ ਕਰਨਾ ਹੈ ਰਾਈਟ ਆਪਸ਼ਨ ਕਿਹੜਾ ਰਹੂਗਾ ਪਹਿਲਾ ਜਿਹੜਾ ਪਹਿਲਾ ਕੁਐਸਚਨ ਨੂੰ ਧਿਆਨ ਨਾਲ ਦੇਖ ਲਓ ਠੀਕ ਹੈ ਇਹਦੇ ਵਿੱਚ ਹੀ ਇੱਕ ਹੋਰ ਕੁਐਸਚਨ ਬਣ ਰਿਹਾ ਹੈ ਕੀ ਡਾਕਟਰ ਜਸਵੰਤ ਸਿੰਘ ਨੇਕੀ ਜਿਹੜਾ ਉਹ ਐਜ਼ ਅ ਡਾਇਰੈਕਟਰ ਕਿੱਥੇ ਕੰਮ ਕਰਦੇ ਸੀ ਤਾਂ ਉਹ ਸੀਗਾ ਪੀਜੀਆਈ ਚੰਡੀਗੜ੍ਹ ਠੀਕ ਹੈ ਜੀ ਤੇ ਜੇਕਰ ਕੁਐਸਚਨ ਬਣ ਜਵੇ ਕਿ ਪੀਜੀਆਈ ਦੇ ਡਾਇਰੈਕਟਰ ਕੌਣ ਸੀਗੇ ਕਿਹੜੇ ਰਾਈਟਰ ਹੈ ਤਾਂ ਫਿਰ ਉਹ ਡਾਕਟਰ ਜਸਵੰਤ ਸਿੰਘ ਨੇਕੀ ਹੈ ਠੀਕ ਹੈ ਤੇ ਹੁਣ ਤੁਸੀਂ ਆਨਸਰ ਕਿਹੜਾ ਕਰਦਾ ਹੈ ਕਿ ਕਦੋਂ ਤੋਂ ਕਦੋਂ ਤੱਕ ਰਹੇ ਸੀ ਆਪਸ਼ਨ ਕਰਦੇ ਹੋ ਏ ਤੇ ਸੀ ਦੋਨੋਂ ਆਨਸਰ ਚਾਹੇ ਪਿਛਲੇ ਦਾ ਹਾਂਜੀ ਰਾਈਟ ਆਪਸ਼ਨ ਕਿਹੜਾ ਰਹੇਗਾ 1968 ਤੋਂ 81 ਠੀਕ ਹੈ 81 ਦਾ ਹੈ ਗਈ ਹੈ ਪਹਿਲਾ ਸ਼ੁਰੂਆਤ ਦੀ ਰਸਨੀ ਹੈ ਠੀਕ ਹੈ 68 61 78 ਜਾਂ ਫਿਰ 71 ਤੇ ਸੀ ਆਪਸ਼ਨ ਕਰ ਰਹੇ ਹੋ ਵੀ ਵੈਰੀ ਗੁੱਡ ਵੈਰੀ ਗੁੱਡ ਬਿਲਕੁਲ ਜੀ 78 ਤੋਂ 81 ਤੱਕ ਜਿਹੜੇ ਆ ਉਹ ਰਹੇ ਆ ਪੀਜੀਆਈ ਦੇ ਜਿਹੜੇ ਆ ਉਹ ਡਾਇਰੈਕਟਰ ਅਗਲਾ ਕੁਸ਼ਨ ਆ ਜਸਵੰਤ ਸਿੰਘ ਨੇਕੀ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਵੈਸੇ ਇਹਦੇ ਬਾਰੇ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਆ ਪਰੰਤੂ ਇਹ ਵੀ ਦੱਸ ਦੋ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਜਿਹੜਾ ਉਹ ਕਦੋਂ ਮਿਲਿਆ ਹਾਂਜੀ ਕਮਲਜੀਤ ਘਰ ਇਹ ਆਨਸਰ ਕਰ ਰਹੇ ਹੋ ਤਾਂ ਅਨਾਲ ਦੇਖੋ ਇੱਥੇ ਪੁੱਛਿਆ ਕੀ ਜਾ ਰਿਹਾ ਜਸਵੰਤ ਸਿੰਘ ਨੇਕੀ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਠੀਕ ਹੈ ਤੁਸੀਂ ਜਿਹੜੀ ਰਚਨਾ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਦੀ ਦੱਸ ਰਹੇ ਹੋ ਹਨਾ ਤੇ ਤੁਸੀਂ ਦੱਸਣਾ ਕਦੋਂ ਮਿਲਿਆ ਠੀਕ ਹੈ 1977 ਵਿੱਚ ਇਹਨਾਂ ਨੇ ਕਰुणा ਦੀ ਸ਼ੋ ਤੋਂ ਮਗਰੋਂ ਲਿਖਿਆ ਸੀ ਠੀਕ ਹੈ ਪਰੰਤੂ ਇਹਨਾਂ ਨੂੰ ਜਿਹੜਾ ਅਵਾਰਡ ਕਦੋਂ ਮਿਲਿਆ 1979 ਈਸਵੀ ਵਿੱਚ ਠੀਕ ਹੈ 78 ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆਂ ਵੀ ਇਹਨਾਂ ਨੇ ਜਿਹੜੇ ਆ ਉਹ ਪੀਜੀਆਈ ਚੰਡੀਗੜ੍ਹ ਦਾ ਡਾਇਰੈਕਟਰ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀ 78 ਵਿੱਚ 81 ਤੱਕ ਰਹੇ ਸੀ ਸੀ ਆਪਸ਼ਨ ਜਿਨ੍ਹਾਂ ਨੇ ਵੀ ਕੀਤੀ ਹੈ ਵੈਰੀ ਗੁੱਡ ਹਾਂਜੀ ਅਗਲਾ ਕੁਐਸ਼ਚਨ ਹੈ ਤੁਹਾਡੇ ਸਾਹਮਣੇ ਤੇ ਅਨਸਰ ਕਰ ਦੋ ਅੱਜ ਤੁਸੀਂ ਜਿਹੜਾ ਮੈਨੂੰ ਲੱਗਦਾ ਕੋਈ ਬਹੁਤ ਵਧੀਆ ਚੀਜ਼ ਖਾ ਕੇ ਲੱਗੇ ਹੋ ਹਨਾ ਜਿਵੇਂ ਕੋਈ ਦਹੀਂ ਚੱਕਰ ਹੁੰਦਾ ਹੈ ਹਨਾ ਇੱਕ ਵੀ ਕੁਸ਼ਨ ਦਾ ਗਲਤ ਅਨਸਰ ਨਹੀਂ ਕਰਦੇ ਸਹੀ ਅਨਸਰ ਕਰਿਓ ਵੈਰੀ ਗੁੱਡ ਤੇਜ ਸਵਨ ਸਿੰਘ ਨੇ ਕੀ ਦਾ ਪਹਿਲਾ ਕਾਵ ਸੰਗ੍ਰਹਿ ਦੱਸਣਾ ਤੁਸੀਂ ਪਹਿਲਾ ਕਾਵ ਸੰਗ੍ਰਹਿ ਠੀਕ ਹੈ ਹਾਂਜੀ ਅਨਸਰ ਕਰੋ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਹਦੇ ਬਾਰੇ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਇਹਨੂੰ ਪੇਂਟ ਕਿਨੂੰ ਕੀਤਾ ਸੀ ਹਰਭਜਨ ਸਿੰਘ ਨੂੰ ਤੇ ਇਨਾਂ ਦੀ ਕੋਈ ਵੀ ਇੱਥੇ ਇਹਦੀ ਭੂਮਿਕਾ ਨਹੀਂ ਲਿਖੀ ਹੋਈ ਨਾ ਹੀ ਕੋਈ ਅੰਤਿਕਾ ਲਿਖੀ ਹੋਈ ਆ ਅਸਲੇ ਤੇ ਉਹਲੇ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਰੁਣਾ ਦੀ ਛੋ ਤੋਂ ਮਗਰੋਂ ਹਾਂਜੀ ਰਾਈਟ ਆਪਸ਼ਨ ਕਰੋ ਤੇ ਜੇਕਰ ਆਪਾਂ ਗੱਲ ਕਰੀਏ ਕਿ ਕਰੁਣਾ ਦੀ ਛੋ ਤੋਂ ਮਗਰੋਂ ਤੋਂ ਪਹਿਲਾਂ ਦੀ ਰਚਨਾ ਕਿਹੜੀ ਆ ਉਹ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਹੋਵੇਗੀ ਓਕੇ ਜੀ ਵੈਲਕਮ ਜੀ ਹਾਂਜੀ ਬੀ ਆਪਸ਼ਨ ਕਰ ਰਹੇ ਹੋ ਬੀ 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 ਬਿਲਕੁਲ ਰਾਈਟ ਹੈ ਉਨ ਅਸਲੀ ਤੇ ਓਲੇ ਠੀਕ ਹੈ ਤੇ ਇਹਦੇ ਕਿੰਨੇ ਭਾਗ ਕਿੰਨੇ ਆ ਵੈਸੇ ਕੁਸ਼ਚਨ ਅੱਗੇ ਬਣਿਆ ਹੋਇਆ ਠੀਕ ਹੈ ਤੇ ਅੱਗੇ ਕਰਾਂਗੇ ਇਹਦੇ ਭਾਗ ਹੈ ਤੇ ਚਾਰ ਭਾਗ ਜਿਹੜੇ ਬਣੇ ਹੋਏ ਆ ਹੁਣ ਚਾਰਾਂ ਵਿੱਚ ਇਹਨਾਂ ਦੇ ਨਾਂ ਜਿਹੜੇ ਆ ਉਹ ਤੁਸੀਂ ਅਗਲੇ ਕੁਸ਼ਚਨ ਤਾਂ ਦੱਸਣਾ ਵੀ ਕਿਹੜੇ-ਕਿਹੜੇ ਨਾਂ ਹੈਗੇ ਆ ਜਾਂ ਉਹਦੇ ਵਿੱਚ ਕਿਹੜੇ-ਕਿਹੜੇ ਵਿਸ਼ਾ ਨੂੰ ਜਿਹੜਾ ਉਹ ਪ੍ਰਗਟਾਇਆ ਤੇ ਬਿਲਕੁਲ ਜੀ ਅਗਲਾ ਕੁਸ਼ਚਨ ਹੈ ਜਸਵੰਤ ਸਿੰਘ ਨੇਕੀ ਦੀ ਸਾਹਿਤਕ ਸਵੈ ਜੀਵਨੀ ਦਾ ਪ੍ਰਕਾਸ਼ਨ ਸਾਲ ਦੱਸਣਾ ਹੈ ਹੁਣ ਇਹਨਾਂ ਦੇ ਕਿਹੜੀ ਸਵੈ ਜੀਵਨੀ ਦੀ ਗੱਲ ਹੋ ਰਹੀ ਹੈ ਸਾਹਿਤਕ ਸਵੈ ਜੀਵਨੀ ਤੇ ਪ੍ਰਕਾਸ਼ਨ ਸਾਲ ਦੱਸਣਾ 1992 96 98 ਜਾਂ ਫਿਰ 2000 ਅੱਜ ਪੜ੍ਹ ਕੇ ਆਏ ਹੋ ਵੀ ਤੁਸੀਂ ਬਿਲਕੁਲ ਅਨਸਰ ਕਰੋ ਸਾਹਿਤਕ ਸਵੈ ਜੀਵਨੀ ਤੇ ਹੁੰਦੀ ਕੀ ਹੈ ਮੈਂ ਹੁਣੇ-ਹੁਣੇ ਤੁਹਾਨੂੰ ਦੱਸ ਕੇ ਆਈ ਆ ਕਿ ਸਾਹਿਤਕ ਸਵੈ ਜੀਵਨੀ ਹੁੰਦੀ ਕੀ ਹੈ ਹਾਂਜੀ ਅਨਸਰ ਕਰੋ ਸਾਲ ਦੱਸਣਾ ਤੁਸੀਂ ਕਿਹੜੇ ਸਾਲ ਵਿੱਚ ਜਿਹੜਾ ਉਹ ਪ੍ਰਕਾਸ਼ਿਤ ਕੀਤੀ ਹੈ ਸਾਇਤਕ ਸਵੈ ਜੀਵਨੀ ਹਾਂਜੀ ਇੱਥੇ ਆਨਸਰ ਕਰ ਰਹੇ ਹੋ ਏ ਬਾਕੀ ਸਾਰੇ ਵੀ ਆਨਸਰ ਕਰ ਦਿਓ ਅਸਲੀ ਤੇ ਹੋਲੇ ਪਿਛਲੇ ਕੁਐਸਚਨ ਦਾ ਕਰ ਰਹੇ ਹੋ ਆਨਸਰ ਕਲਾਸ ਨੂੰ ਥੋੜਾ ਜਿਹਾ ਜਿਹੜਾ ਅੱਗੇ ਕਰ ਲਓ ਤੁਸੀਂ ਪਿੱਛੇ ਹੈਗੇ ਉਹ ਵੀ ਜਸਪ੍ਰੀਤ ਕੌਰ ਹਾਂਜੀ 92 96 98 ਜਾਂ ਫਿਰ 2000 ਬਿਲਕੁਲ ਜੀ ਏ ਆਪਸ਼ਨ ਜਿਨ੍ਹਾਂ ਨੇ ਕੀਤਾ ਵੈਰੀ ਗੁੱਡ 1992 ਇਸ ਦੇ ਵਿੱਚ ਇਹਨਾਂ ਨੇ ਮੇਰੀ ਸਾਹਿਤਕ ਸਵੈ ਜੀਵਨੀ ਲਿਖੀ ਆ ਠੀਕ ਹੈ ਜਿਦੇ ਵਿੱਚ ਇਹਨਾਂ ਨੇ ਆਪਦੇ 14 ਕਾਵ ਸੰਗ੍ਰਹਿ ਆਪਣੀ ਪੰਜਾਬੀ ਸਾਹਿਤ ਦੀ ਝੋਲੀ ਪਾਈ ਆ ਠੀਕ ਹੈ 14 ਕਾਵ ਸੰਗ੍ਰਹਿ ਇਹਨਾਂ ਵਿੱਚੋਂ ਜਿਹੜੇ ਆ ਇਹਨਾਂ ਦੇ ਇਹਨਾਂ ਦੇ ਵਿਸ਼ੇ ਕਿੱਥੋਂ ਲਏ ਆ ਠੀਕ ਹੈ ਜਾਂ ਫਿਰ ਕਿਉਂ ਇਹਨਾਂ ਨੇ ਲਿਖੀ ਆ ਜਾਂ ਫਿਰ ਕਿੱਥੋਂ ਇਹਨਾਂ ਨੂੰ ਪ੍ਰੇਰਣਾ ਮਿਲੀ ਆ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਹਨਾਂ ਨੇ ਸਾਹਿਤਕ ਸਵੈ ਜੀਵਨੀ ਵਿੱਚ ਦੱਸਿਆ ਹੋਇਆ ਹੈ 3 1992 ਵਿੱਚ ਲਿਖੀ ਆ ਜੇਕਰ ਕੋਈ ਨਾ ਉਹ ਨਾ ਜਾਣੀ ਮੇਰਾ ਉਹਨਾਂ ਦੀ ਜਿਹੜੀ ਸਵੈ ਜੀਵਨੀ ਹੈ ਉਹ ਜਿਹੜੀ 2000 ਵਿੱਚ ਇਹਨਾਂ ਨੇ ਲਿਖੀ ਆ ਜਸਵੰਤ ਸਿੰਘ ਨੇਕੀ ਦੇ ਕਿਸ ਕਾਵ ਸੰਗ੍ਰਹਿ ਦਾ ਕੋਈ ਵੀ ਭੂਮਿਕਾ ਜੇ ਜਾਂ ਫਿਰ ਅੰਤਿਕਾ ਨਹੀਂ ਹੈ ਦੁਬਾਰਾ ਕੁਐਸਚਨ ਆ ਚੁੱਕਾ ਹੈ ਆਨਸਰ ਕਰ ਦੋ ਭੂਮਿਕਾ ਤੇ ਅੰਤਿਕਾ ਨਹੀਂ ਹੈ ਅਸਲੇ ਤੇ ਓਨਲੀ ਗੀਤ ਮੇਰਾ ਸੋਹਿਲਾ ਮੇਰਾ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਫਿਰ ਹਾਂਜੀ ਬਿਲਕੁਲ ਜੀ ਬੀ ਆਪਸ਼ਨ ਕਰਿਓ ਬੀ 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 ਤੇ ਕਰ ਚੁੱਕਿਆ ਵੈਸੇ ਪਹਿਲਾਂ ਆਵਲਾ ਕੁਐਸਚਨ ਠੀਕ ਹੈ ਇਹ ਮੇਰੇ ਸੰਸੀ ਇਹ ਮੇਰੇ ਗੀਤ ਇਨਾਂ ਦੀ ਕੋਈ ਵੀ ਭੂਮਿਕਾ ਅੰਤਿਕਾ ਨਹੀਂ ਹੈ ਅਗਲਾ ਕੁਐਸਚਨ ਹੈ ਅਸਲੀ ਤੇ ਉਲੇ ਦੇ ਕਿਸ ਭਾਗ ਵਿੱਚ ਨਿੱਜੀ ਯਾਦਾਂ ਜਿਹੜਾ ਉਹ ਨਾਲ ਸੰਬੰਧਿਤ ਕਵਿਤਾਵਾਂ ਲਿਖੀਆਂ ਹੈਗੀਆਂ ਡਾਕਟਰ ਜਸਵੰਤ ਸਿੰਘ ਨੇ ਕੀ ਨਹੀਂ ਹਾਂਜੀ ਅਨਸਰ ਕਰੋ ਇਹਦੇ ਵਿੱਚ ਰਾਈਟ ਆਪਸ਼ਨ ਕਿਹੜਾ ਬਣੇਗਾ ਅਸਲੀ ਤੇ ਉਲੇ ਕਿੰਨੇ ਭਾਗ ਸੀਗੇ 4 ਉਨ੍ਹਾਂ ਚਾਰ ਭਾਗਾਂ ਵਿੱਚੋਂ ਕਿਹੜੇ ਭਾਗ ਵਿੱਚ ਅਸਲ ਨਿੱਜੀ ਯਾਦਾਂ ਨੂੰ ਜਿਹੜਾ ਉਹ ਬਿਆਨ ਕੀਤਾ ਜਸਵੰਤ ਸਿੰਘ ਨੇ ਕੀ ਨੇ ਜੇਕਰ ਆਪਾਂ ਗੱਲ ਕਰੀਏ ਕਿਹੜੇ-ਕਿਹੜੇ ਚਾਰ ਭਾਗ ਹੈਗੇ ਤਾਂ ਪਹਿਲਾ ਭਾਗ ਹੈਗਾ ਅਸਲੀ ਠੀਕ ਹੈ ਤੇ ਅਸਲੇ ਤੋਂ ਆਪਾਂ ਅਸਲ ਲਾ ਸਕਦੇ ਹਾਂ ਨਾ ਅਸਲ ਜ਼ਿੰਦਗੀ ਦੀਆਂ ਜਿਹੜੀਆਂ ਉਹ ਇਹਨਾਂ ਨੇ ਆਪਦੀ ਬਿਆਨ ਕੀਤੀ ਅਸਲ ਜ਼ਿੰਦਗੀ ਨੂੰ ਦੂਸਰਾ ਉਹਲੇ ਠੀਕ ਹੈ ਜੀ ਤੀਸਰਾ ਪੈਣ ਚਿੱਤਰ ਚੌਥਾ ਕਿੰਗਰੇਆ ਠੀਕ ਹੈ ਜੀ ਆਹ ਵਾਲੀ ਚਾਰ ਭਾਗ ਹੈਗੇ ਇਹਨਾਂ ਦੇ ਅਸਲੀ ਤੇ ਓਲੇ ਜਿਹੜਾ 1955 ਚ ਆਇਆ ਸੀ ਤੇ ਉਹਨਾਂ ਉਸ ਤੋਂ ਪਹਿਲਾਂ ਦੀਆਂ ਕਵਤਾਵਾਂ ਨੂੰ ਐਡ ਕੀਤਾ ਤਾਂ ਬਿਲਕੁਲ ਜੀ ਪੈੜ ਜਿੱਤਰ ਰਾਈਟ ਆਪਸ਼ਨ ਇੱਥੇ ਕਿਹੜਾ ਹੋਊਗਾ ਪੈੜ ਜਿੱਤਰ ਜਿਹੜੀ ਤੀਸਰੀ ਇਹਨਾਂ ਦੀ ਤੀਸਰਾ ਭਾਗ ਹੈਗਾ ਅਸਲੀ ਤੇ ਓਲੇ ਦਾ ਉਹਦੇ ਵਿੱਚ ਇਹਨਾਂ ਨੇ ਪੈੜ ਜਿੱਤਰ ਜੇਕਰ ਆਪਾਂ ਗੱਲ ਕਰੀਏ ਇਹਨਾਂ ਨੇ ਅ ਜਸਵੰਤ ਸਿੰਘ ਨੇਕੀ ਨੇ ਕਿਹਾ ਵੀ ਜਦੋਂ ਬਚਪਨ ਵਿੱਚ ਮੈਂ ਇੱਕ ਜਿਹੜੇ ਜਿਹੜੇ ਬਿਜਲੀ ਦੇ ਖੰਭੇ ਹੁੰਦੇ ਹਨਾ ਤੇ ਇੱਕ ਖੰਭੇ ਤੋਂ ਜਦੋਂ ਦੂਸਰੇ ਖੰਭੇ ਤੱਕ ਜਾਂਦਾ ਸੀ ਉਦੋਂ ਕੀ ਹੈ ਮੈਂ ਕਵਿਤਾ ਦੀਆਂ ਤੁਕਾਂ ਜੋੜਦਾ ਸੀ ਭਾਵੇਂ ਉਹ ਨਹੀਂ ਵੀ ਜੁੜਦੀਆਂ ਸੀ ਠੀਕ ਹੈ ਜਿਹੜਾ ਤੁਕਾਂਤ ਨਹੀਂ ਵੀ ਮੇਲ ਖਾਂਦਾ ਸੀ ਫਿਰ ਵੀ ਜਦੋਂ ਮੈਂ ਮਤਲਬ ਪੈੜ ਚਾਪ ਦੇ ਚਾਪ ਦੇ ਨਾਲ ਚਾਪ ਮਿਲਾਉਂਦਾ ਹੋਇਆ ਮੈਂ ਜਿਹੜਾ ਕਵਤਾਵਾਂ ਜਿਹੜੇ ਜੋੜਨ ਦਾ ਕੋਸ਼ਿਸ਼ ਕਰਦਾ ਸੀ ਤੁਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਸੀ ਤੇ ਉੱਥੋਂ ਹੀ ਉਹਨਾਂ ਨੇ ਕਵਤਾਵਾਂ ਜੋੜਨੀਆਂ ਜਾਂ ਫਿਰ ਕਵਤਾਵਾਂ ਲਿਖਣੀਆਂ ਕੀ ਹੈ ਸਟਾਰਟ ਕੀਤੀਆਂ ਸੀ ਠੀਕ ਹੈ ਤੇ ਉਸ ਤੋਂ ਆਪਾਂ ਲਾ ਸਕਦੇ ਹਾਂ ਵੀ ਨਿੱਜੀ ਯਾਦਾ ਪੈੜ ਚਿੱਤਰਾਂ ਨੂੰ ਜਦੋਂ ਮਾਪ ਦੇ ਮਾਪ ਦੇ ਪੈੜ ਚਿੱਤਰਾਂ ਨੂੰ ਠੀਕ ਹੈ ਚਾਪ ਨਾਲ ਚਾਪ ਮਿਲਾਉਂਦੇ ਕਵਤਾਵਾਂ ਲਿਖਦੀ ਸੀ ਠੀਕ ਹੈ ਤੇ ਆਪਾਂ ਉਥੇ ਉਹਨੂੰ ਕਰ ਸਕਦੇ ਹਾਂ ਤੀਜੇ ਭਾਗ ਵਿੱਚ ਅਸਲ ਇਹਦੇ ਅਸਲੇ ਤੇ ਉਹਲੇ ਕਿਸ ਭਾਗ ਵਿੱਚ ਮਨੁੱਖੀ ਸਮੱਸਿਆਵਾਂ ਦੀ ਗੱਲ ਕੀਤੀ ਹੈ ਹਾਂਜੀ ਮਨੁੱਖੀ ਸਮੱਸਿਆਵਾਂ ਦੀ ਗੱਲ ਕਿਹੜੇ ਭਾਗ ਵਿੱਚ ਕੀਤੀ ਹੈ ਅਨਸਰ ਕਰੋ ਵੀ ਹਾਂਜੀ ਕਿੰਗਰਿਆ ਆਪਾਂ ਲਿਖਿਆ ਨਾ ਚਾਰ ਭਾਗ ਲਿਖੇ ਆ ਬਿਲਕੁਲ ਜੀ ਹਾਂਜੀ ਅਨਸਰ ਕਰੋ ਹੁਣ ਮਨੁੱਖੀ ਜੀਵਨ ਦੀ ਸਮੱਸਿਆਵਾਂ ਨੂੰ ਕਿੱਥੇ ਇਹਨਾਂ ਨੇ ਚਿਤਰਿਆ ਹਾਂਜੀ ਅਨਸਰ ਕਰੋ ਜੇਕਰ ਆਪਾਂ ਗੱਲ ਕਰੀਏ ਸਮੱਸਿਆਵਾਂ ਜਿਹੜੀ ਆਪਣੀ ਅਸਲ ਜ਼ਿੰਦਗੀ ਦੀਆਂ ਹੈਗੀਆਂ ਹਨ ਤੇ ਆਪਾਂ ਇਹਨਾਂ ਦਾ ਜੇਕਰ ਆਪਾਂ ਪਹਾੜ ਕਰੀਏ ਤਾਂ ਅਸਲੀ ਹਨਾ ਤੇ ਇਹ ਆਪਸ਼ਨ ਹੋਵੇਗਾ ਬਿਲਕੁਲ ਜੀ ਇਹ ਕਿਉਂ ਹੋਵੇਗਾ ਆਪਾਂ ਜੋੜ ਕੇ ਜੇਕਰ ਆਪਾਂ ਦੇਖੀਏ ਹਨਾ ਹੁਣ ਅਸਲੇ ਨੂੰ ਆਪਾਂ ਅਸਲ ਜ਼ਿੰਦਗੀ ਨਾਲ ਲਾ ਸਕਦੇ ਹਾਂ ਤੇ ਅਸਲ ਜ਼ਿੰਦਗੀ ਜਿਹੜੀ ਹੈ ਕਿਸੇ ਦੀ ਵੀ ਇੰਨੀ ਸੌਖੀ ਨਹੀਂ ਨਿਕਲਦੀ ਜਿੰਨੀ ਆਪਾਂ ਸਮਝਦੇ ਹਾਂ ਹਨਾ ਤੇ ਕੋਈ ਨਾ ਕੋਈ ਸਮੱਸਿਆਵਾਂ ਜ਼ਰੂਰ ਹੁੰਦੀਆਂ ਤੇ ਉਹਨਾਂ ਹੀ ਸਮੱਸਿਆਵਾਂ ਨੂੰ ਮਨੁੱਖਾ ਦੀਆਂ ਸਮस्याਵਾਂ ਨੂੰ ਪੇਸ਼ ਕੀਤਾ ਇਹਨਾਂ ਨੇ ਅਸਲੀ ਦੇ ਓਲੇ ਦੇ ਪਹਿਲੇ ਭਾਗ ਵਿੱਚ ਜਿਹੜਾ ਅਸਲੀ ਨਾਂ ਤੋਂ ਹੀ ਜਿਹੜਾ ਉਹ ਇਹਨਾਂ ਨੇ ਲਿਖਿਆ ਹੋਇਆ ਹੈ। ਹਾਂਜੀ ਅਗਲਾ ਕੁਐਸਚਨ ਹੈ ਜਸਵੰਤ ਸਿੰਘ ਨੇਕੀ ਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਕਦੋਂ ਮਿਲਿਆ ਸ਼੍ਰੋਮਣੀ ਸਾਹਿਤਕਾਰ ਅਵਾਰਡ ਮਨਪ੍ਰੀਤ ਕੌਰ ਜੀ ਵੈਰੀ ਗੁੱਡ ਮਾਰਨਿੰਗ ਬਹੁਤ ਜ਼ਿਆਦਾ ਲੇਟ ਆਇਓ ਵੀ ਤੁਸੀਂ ਹਾਂਜੀ ਅਗਲੇ ਕੁਐਸਚਨ ਦਾ ਕਰੋ ਵੀ ਅਨਸਰ ਜਸਵੰਤ ਸਿੰਘ ਨੇਕੀ ਨੂੰ ਸ਼੍ਰੋਮਣੀ साहित्यकार कार अवार्ड कदों मिले हाँ जी आंसर करो राइट ऑप्शन कड़ा होगा मनदीप कौर जी वैरी गुड मॉर्निंग तुम भी लेट आयो भी सर जी नहीं भी मैडम जी हाँ जी आंसर करो भी राइट ऑप्शन कड़ा होगा हैप्पी वेरी गुड मॉर्निंग जी मनदीप कौर सत श्रीकाल उन्नीस सौ अठाहठ अठत् अठासी आथाथ, आथाथ, या फिर अठानवे हाँ जी इतसर करो सी ਬਾਕੀ ਸਾਰੇ ਵੀ ਕਰ ਦੋ ਅਨਸਰ ਰਾਈਟ ਆਪਸ਼ਨ ਕਿਹੜਾ ਹੋਵੇਗਾ ਓਕੇ ਜੀ ਕਮਲਜੀਤ ਸੰਗਮ ਸੀ ਆਪਸ਼ਨ ਕਰ ਰਹੇ ਹੋ ਸੁਖਵਿੰਦਰ ਮਨਪ੍ਰੀਤ ਕੌਰ ਸੀ ਆਪਸ਼ਨ ਕਰ ਰਹੇ ਹੋ ਬਾਕੀ ਵੀ ਸਾਰੇ ਅਨਸਰ ਕਰ ਦੋ ਤੇ ਜਿਹੜਾ ਇਹਨਾਂ ਦਾ ਚੌਥਾ ਭਾਗ ਸੀਗਾ ਅਸਲੇ ਤੇ 올ੇ ਦਾ ਕਿੰਗਰਿਆਂ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਆਪਦੇ ਜਿਹੜੇ ਨਿੱਕੇ ਨਿੱਕੇ ਸੁਪਨੇ ਆ ਉਹਨਾਂ ਨੂੰ ਜਿਹੜਾ ਉਹ ਦਰਸਾਇਆ ਠੀਕ ਹੈ ਪੁੱਛਿਆ ਜਾ ਸਕਦਾ ਕਿੰਗਰਿਆਂ ਵਿੱਚ ਕਿਹੜੀ ਕਿਨੂੰ ਵਿਸ਼ਾ ਕਿਹੜਾ ਆ ਜਾਂ ਫਿਰ ਕਿਨੂੰ ਦਰਸਾਇਆ ਕਰਮਜੀਤ कौर वेरी गुड मॉर्निंग जी ਅੱਜ ਤੁਸੀਂ ਲੇਟ ਬਹੁਤ ਜ਼ਿਆਦਾ ਹੋ ਗਏ ਹਨਾ ਸਾਰੇ ਬੱਚੇ ਲੇਟ ਲੇਟ ਆ ਰਹੇ ਹੋ ਤੇ ਇੱਕ ਗੱਲ ਹੋਰ ਜਿਹੜੇ ਪਹਿਲਾਂ ਆ ਕੇ ਆ ਜਾਂਦੇ ਆ ਕਲਾਸ ਜ ਹਨਾ ਤੇ ਉਹ ਸ਼ੇਅਰ ਨਹੀਂ ਕਰਦੇ ਆਈ ਥਿੰਕ ਕਲਾਸ ਨੂੰ ਤਾਂ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ ਜਾਂ ਫਿਰ ਸੀ ਆਪਸ਼ਨ ਕਰ ਰਹੇ ਹੋ ਸੀ 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 ਬਿਲਕੁਲ ਰਾਈਟ ਹੋਵੇਗਾ 1988 ਇਸਵੀ ਵਿੱਚ ਇਹਨਾਂ ਨੂੰ ਸਾਹਿਤ ਸ਼੍ਰੋਮਣੀ ਸਾਹਿਤਕਾਰ ਅਵਾਰਡ ਜਿਹੜਾ ਉਹ ਪ੍ਰਾਪਤ ਹੋਇਆ ਤੇ ਇੱਕ ਗੱਲ ਹੋਰ ਨੋਟ ਕਰ ਲੈਣੀ ਹੈ ਇਹਨਾਂ ਨੂੰ ਕੇ ਐਸ ਧਾਲੀਵਾਲ ਅਵਾਰਡ ਜਿਹੜਾ ਵੀ ਉਹ ਵੀ ਪ੍ਰਾਪਤ ਇਹਨਾਂ ਨੂੰ ਹੋ ਚੁੱਕਾ ਹੈ ਹਾਂਜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਲੰਮੀ ਕਵਤਾ ਦੱਸਣੀ ਹੈ ਤੁਸੀਂ ਲੰਮੀਆਂ ਕਵਤਾਵਾਂ ਹਾਂਜੀ ਕਰੋ ਵੀ ਅਨਸਰ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਰੋਨਾ ਦੀ ਛੋਹ ਤੋਂ ਮਗਰੋਂ ਸੱਚ ਦਾ ਅਪਹਰਨ ਜਾਂ ਫਿਰ ਸਾਰੀਆਂ ਹਾਂਜੀ ਕਰੋ ਵੀ ਅਨਸਰ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗੇ ਜਸਵੰਤ ਸਿੰਘ ਨੇਕੀ ਤੇ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਆਪਣੇ ਮਾਸਟਰ ਗ੍ਰੈਜੂਏਟ ਪੰਜਾਬੀ ਵਿੱਚ ਜਿਹੜਾ ਉਹ ਪੁੱਛਿਆ ਜਾਂਦਾ ਹੈ ਭਈ ਇਹਦੇ ਬਾਰੇ ਵੈਸੇ ਤਾਂ ਮੈਨੂੰ ਪਤਾ ਨਹੀਂ ਬਟ ਪੁੱਛ ਕੇ ਦੱਸਾਂਗੀ ਵੀ ਠੀਕ ਹੈ ਡੀ ਆਪਸ਼ਨ ਕਰ ਰਹੇ ਹੋ ਡੀ ਜੇਕਰ ਪੰਜਾਬ ਦਾ ਕੋਈ ਪੇਪਰ ਹੈਗਾ ਤਾਂ ਫਿਰ ਤਾਂ ਹੋਣਾ ਹੀ ਆ ਪੰਜਾਬੀ ਦਾ ਪੇਪਰ ਹਾਂਜੀ ਡੀ ਆਪਸ਼ਨ ਕਰ ਰਹੇ ਹੋ ਡੀ ਤਾਂ ਵੈਰੀ ਗੁੱਡ ਜੀ ਲੰਮੀਆ ਕਵਤਾਵਾਂ ਹੈਗੀਆਂ ਇਹਦੇ ਵਿੱਚ ਸਾਰੀਆਂ ਸਾਰਿਆਂ ਵਿੱਚ ਕੀ ਹੈ ਲੰਮੀਆ ਕਵਤਾਵਾਂ ਦਾ ਹੀ ਸੰਗ੍ਰਹਿ ਹੈਗਾ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਠੀਕ ਹੈ ਤੇ ਕਰੋਨਾ ਦੇ ਸ਼ੋਤ ਮਗਰੋਂ ਤੇ ਸੱਚ ਦਾ ਅਪਹਰਨ ਤਿੰਨੋਂ ਜਿਹੜੀਆਂ ਉਹ ਲੰਮੀਆਂ ਕਵਤਾਵਾਂ ਹੈਗੀਆਂ ਤੇ ਡੀ ਆਪਸ਼ਨ ਹੋਵੇਗਾ ਇੱਥੇ ਰਾਈਟ ਠੀਕ ਹੈ ਡੀ ਆਪਸ਼ਨ ਉਪਰੋਂ ਤੱਕ ਸਾਰੀਆਂ ਤੇ ਤਿੰਨਾਂ ਨੂੰ ਨੋਟ ਜ਼ਰੂਰ ਕਰ ਲੈਣਾ ਤਿੰਨਾਂ ਤੋਂ ਕੋਈ ਵੀ ਕੁਐਸਚਨ ਤੁਹਾਨੂੰ ਆ ਸਕਦਾ ਹੈ ਵੀ ਸੱਚ ਦਾ ਅਪਹਰਨ ਇਹਦੇ ਵਿੱਚ ਕਿਹੜੀਆਂ ਕਵਤਾਵਾਂ ਸ਼ਾਮਿਲ ਹੈਗੀਆਂ ਛੋਟੀਆਂ ਨਿੱਕੀਆਂ ਲੰਬੀ ਜਾਂ ਫਿਰ ਮਿਨੀ ਤਾਂ ਫਿਰ ਇੱਥੇ ਲੰਮੀਆਂ ਕਵਤਾਵਾਂ ਹੋਣਗੀਆਂ ਜਸਵੰਤ ਸਿੰਘ ਨਿੱਕੀ ਕਿਸ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਹਾਂਜੀ ਕਿਸ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਜਸਵੰਤ ਸਿੰਘ ਨਿੱਕੀ ਆਪਾਂ ਜਿਹੜਾ ਪਹਿਲਾ ਇਹਨਾਂ ਦਾ ਕੀਤਾ ਹੋਇਆ ਫਰਸਟ ਕੁਐਸਚਨ ਸੀਗਾ ਠੀਕ ਹੈ ਮੈਂ ਦੱਸਿਆ ਵੀ ਸੀ ਤੁਹਾਨੂੰ ਤੇ ਅਨਸਰ ਕਰ ਦੇਣਾ ਲਾਹੌਰ ਮੁਲਤਾਨ ਜੇਲਮ ਜਾਂ ਫਿਰ ਚੰਗ ਤੇ ਰਾਈਟ ਆਪਸ਼ਨ ਕਿਹੜਾ ਹੋਏਗਾ ਕਰੋ ਵੀ ਅਨਸਰ ਇੱਥੇ 20 ਤੇ ਸੀ ਦੋਨੋਂ ਅਨਸਰ ਆ ਰਹੇ ਆ 27 ਅਗਸਤ 1925 ਵੀ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਪਿੰਡ ਮਰੀਦ ਸੀਗਾ ਠੀਕ ਹੈ ਬਰਤਾਨਵੀ ਸਮਾਜ ਦਾ ਪੰਜਾਬ ਸੀਗਾ ਉਹ ਬਰਤਾਨਵੀ ਦਾ ਠੀਕ ਹੈ ਤੇ ਜ਼ਿਲ੍ਹਾ ਕਿਹੜਾ ਸੀਗਾ ਅਨਸਰ ਕਰ ਦੇਣਾ ਬਿਲਕੁਲ ਜੀ ਬਿਲਕੁਲ ਸੀ ਆਪਸ਼ਨ ਹੋਵੇਗਾ ਜੇਲਮ ਜ਼ਿਲ੍ਹਾ ਸੀਗਾ ਠੀਕ ਹੈ ਤੇ ਇੱਕ ਗੱਲ ਹੋਰ ਦੱਸ ਦੋ ਵੀ ਪੰਜਾਬੀ ਵਿਆਕਰਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜੇਲਮ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਦੀ ਅਨਸਰ ਕਰ ਦੋ ਵੀ ਜੇਲਮ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ ਕਰੋ ਵੀ ਅਨਸਰ ਹਾਂਜੀ ਜਸਵੰਤ ਸਿੰਘ ਨੇਕੀ ਦੇ ਮਾਤਾ ਪਿਤਾ ਦਾ ਨਾਂ ਦੱਸੋ ਮੋਸਟ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਕਿਸੇ ਵੀ ਰਾਈਟਰ ਦੇ ਮਾਤਾ ਪਿਤਾ ਦਾ ਨਾਂ ਦੱਸਣਾ ਹਣਾ ਵੀ ਨਾ ਪਤਾ ਹੋਣਾ ਹੀ ਚਾਹੀਦਾ ਆਪਾਂ ਨੂੰ ਤੇ ਆਨਸਰ ਕਰ ਰਹੇ ਹੋ ਸੀ ਸੀ ਪਿਛਲੇ ਦਾ ਕਰ ਰਹੇ ਹੋ ਵੈਰੀ ਗੁੱਡ ਜੀ ਵੈਰੀ ਗੁੱਡ ਜਿਹੜਾ ਮੈਂ ਤੁਹਾਨੂੰ ਹੋਰ ਕੁਝ ਹੋਰ ਕੋਈ ਕੁਐਸਚਨ ਪੁੱਛਦੀਆਂ ਰਿਲੇਟਿਡ ਤਾਂ ਉਹ ਵੀ ਜ਼ਰੂਰ ਦੱਸ ਦਿਆ ਕਰੋ ਵੀ ਤੁਸੀਂ ਦੱਸਦੇ ਨਹੀਂ ਹਾਂਜੀ ਹੈਪੀ ਸੀ ਆਨਸਰ ਕਰ ਰਹੇ ਹੋ ਹੈਪੀ ਬਿਲਕੁਲ ਜੀ ਸੀ ਸੀਗਾ ਪਿਛਲੇ ਦਾ ਹਰੀ ਗੁਲਾਬ ਸਿੰਘ ਸੀਤਾਵੰਤੀ ਹਰੀ ਲਾਲ ਸਿੰਘ ਸੀਤਾਵੰਤੀ ਇਹਦਾ ਮਤਲਬ ਕੀ ਹੈ ਵੀ ਸੀਤਾਵੰਤੀ ਮਾਤਾ ਦੀ ਜੀ ਦਾ ਨਾਂ ਤਾਂ ਸੀ ਗਈ ਹਾਂਜੀ ਤੇ ਅਨਸਰ ਕਰ ਦੋ ਇਹਦੇ ਚ ਹਰੀ RAM ਹਰੀ ਲਾਲ ਹਰੀ ਗੁਲਾਬ ਤਿੰਨਾਂ ਚੋਂ ਹਰੀ ਤਾਂ ਹੋਣਗੀ ਹੁਣ ਲਾਲ ਐ ਗੁਲਾਬ ਐ ਜਾਂ ਫਿਰ RAM ਐ ਉਹ ਤੁਸੀਂ ਅਨਸਰ ਕਰ ਦੇਣਾ ਬਿਲਕੁਲ ਜੀ ਗੁਲਾਬ ਸੀਗੇ ਠੀਕ ਐ ਇੰਨਾ ਸੋਹਣਾ ਨਾਂ ਸੀਗਾ ਵਸਤੇ ਇਹਨਾਂ ਦਾ ਹਨਾ ਤੇ ਇਹ ਆਪਸ਼ਨ ਰਾਈਟ ਹੋਵੇਗਾ ਇਹਨਾਂ ਦੇ ਪਿਤਾ ਜੀ ਦਾ ਨਾਂ ਸੀਗਾ ਗੁਲਾਬ ਹਰੀ ਗੁਲਾਬ ਠੀਕ ਐ ਹਰੀ ਗੁਲਾਬ ਸਿੰਘ ਤੇ ਸੀਤਾਵੰਤੀ ਇਹਨਾਂ ਦੇ ਮਾਤਾ ਜੀ ਦਾ ਨਾਂ ਸੀਗਾ ਓਕੇ ਜੀ ਤੇ ਅਗਲਾ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਠੀਕ ਐ ਤੇ ਜਸਵੰਤ ਸਿੰਘ ਨੇਕੀ ਦੀ ਪ੍ਰਵਿਰਤੀ ਦੱਸਣੀ ਆ ਤੁਸੀਂ ਦੇਖ ਕੇ ਆਪਾਂ ਦੇਖਿਆ ਜਾਵੇ ਪ੍ਰਵਿਰਤੀ ਦਾ ਠੀਕ ਹੈ ਤਾਂ ਇਹਦੇ ਵਿੱਚ ਰਾਈਟ ਆਪਸ਼ਨ ਕਿਹੜਾ ਬਣੇਗਾ ਪ੍ਰਗਤੀਵਾਦੀ ਜੁਝਾਰਵਾਦੀ ਰੋਮਾਂਟਿਕ ਜਾਂ ਫਿਰ ਨਵਰਸਵਾਦੀ ਹਾਂਜੀ ਕਰੋ ਵੀ ਅਨਸਰ ਨਹੀਂ ਜਿੰਨਾ ਸਿਲੇਬਸ ਦਿੱਤਾ ਹੋਇਆ ਇੱਕ ਵਾਰੀ ਤਾਂ ਉਹੀ ਕਵਰ ਕਰ ਲੈਣੇ ਹਨਾ ਉਸ ਤੋਂ ਬਾਅਦ ਜੇਕਰ ਅਦਰ ਕੋਈ ਹੁਣ ਜੇਕਰ ਆਪਾਂ ਦੇਖੀਏ ਗੁਰੂ ਨਾਨਕ ਦੇਵ ਜੀ ਹਨਾ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਉਹ ਆਪਣੇ ਪੰਜਾਬ 'ਚ ਹੀ ਹੁੰਦੇ ਆ ਹਨਾ ਪੰਜਾਬ ਦੇ ਹੀ ਹੋਗੇ ਜਾਂ ਫਿਰ ਜੇਕਰ ਆਪਾਂ ਗੱਲ ਕਰੀਏ ਬੁੱਲ੍ਹੇ ਸ਼ਾਹ ਦੀ ਸੂਫੀ ਕਵੀ ਹੋਗੇ ਆ ਸਾਰਾ ਹੀ ਇੱਕੋ ਹੀ ਗੱਲ ਹੈ ਪੰਜਾਬ ਜੀਕੇ ਦੀ ਗੱਲ ਕਰੀਏ ਹਾਂ ਉਹਦੇ ਚ ਐਵੇਂ ਹੈਗਾ ਵੀ ਆਪਾਂ ਤੋਂ ਏਰੀਆ ਨਹੀਂ ਪੁੱਛਿਆ ਜਾਂਦਾ ਵੀ ਪੰਜਾਬ ਦੇ ਕਿੰਨੇ ਪਿੰਡ ਹੈਗੇ ਆ ਕਿੰਨੇ ਜ਼ਿਲ੍ਹੇ ਆ ਇਹ ਉਹ ਹਨਾ ਉਹ क्वेश्चन ਨਹੀਂ ਪੁੱਛੇ ਜਾਂਦੇ ਬਾਕੀ ਪੰਜਾਬ ਦੀ ਜਿਹੜੀ ਸਾਹਿਤਕਾਰ ਹੈਗੇ ਹਨ ਨਾ ਪੰਜਾਬੀ ਦੇ ਹੈਗੇ ਤੇ ਉਹ ਸਾਰਾ ਕੁਝ ਪੁੱਛਿਆ ਜਾਂਦਾ ਹੀ ਹੈ ਜਾਂ ਫਿਰ ਆਪਾਂ ਵਿਆਕਰਨ ਦੀ ਗੱਲ ਕਰੀਏ ਤਾਂ ਹਨਾ ਉਹ ਪੰਜਾਬੀ ਦੀ ਵਿਆਕਰਨ ਹੈ ਉਹ ਵੀ ਪੁੱਛੀ ਜਾਂਦੀ ਹੈ ਏ ਡੀ ਬੀ ਆ ਕੀ ਹੋ ਗਿਆ ਵੀ ਹੁਣ ਐਸ ਕੁਐਸਚਨ ਚ ਕੀ ਹੋ ਗਿਆ ਤੁਹਾਨੂੰ ਇੱਥੇ ਏ ਡੀ ਬੀ ਤਿੰਨੋਂ ਕੁਐਸਚਨ ਕਰ ਰਹੇ ਹੋ ਪ੍ਰਗਤੀਵਾਦੀ ਹੈ ਜੁਝਾਰਵਾਦੀ ਹੁਣ ਜੇਕਰ ਆਪਾਂ ਸਟਾਰਟਿੰਗ ਇਹਨਾਂ ਦੀ ਦੇਖੀ ਹੈ ਨਾ ਇਹਨਾਂ ਦੇ ਹੋਰ ਕਿਹੜੀਆਂ ਕਿੜੀਆਂ ਕਾਫ ਸੰਗ ਰਹੇਗੇ ਅਰਦਾਸ ਸਦਾ ਵਿਗਾਸ ਠੀਕ ਹੈ ਜੀ ਪੰਜਾਬ ਹਾਸ ਵਿਲਾਸ ਠੀਕ ਹੈ ਹੁਣ ਇਹੋ ਜਿਹੇ ਕਵਤਾਵਾਂ ਕਾਵ ਸੰਗ੍ਰਹਿ ਇਹਨਾਂ ਦੇ ਹੈਗੇ ਅਸਲੀ ਤੇ ਉਹਲੇ ਅਸਲ ਜ਼ਿੰਦਗੀ ਬਾਰੇ ਗੱਲ ਕਰ ਰਿਹਾ ਹੈ ਨਾ ਜਾਂ ਫਿਰ ਆਪਾਂ ਇਹਨਾਂ ਦੀ ਗੱਲ ਕਰੀਏ ਕਿ ਜਿਹੜੇ ਆਪਣੇ ਇਹਨਾਂ ਦੇ ਹੈਗੇ ਕਿ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਰੋਨਾ ਦੀ ਸ਼ੋ ਤੋਂ ਮਗਰੋਂ ਠੀਕ ਹੈ ਅਨ ਇਹੋ ਜਿਹਾਂ ਜਦੋਂ ਆਪਾਂ ਇਹਨਾਂ ਦੀਆਂ ਕਵਤਾਵਾਂ ਪੜ੍ਹਦੇ ਆਂ ਕਾਵ ਸੰਗ੍ਰਹਿ ਵਿੱਚ ਜਿਹੜੀਆਂ ਕਵਤਾਵਾਂ ਹੈਗੀਆਂ ਆਪਾਂ ਪੜ੍ਹਦੇ ਆਂ ਤੇ ਉਦੋਂ ਉਹਨਾਂ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਨਾ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਵੀ ਜੁਝਾਰਵਾਦੀ ਤਾਂ ਬਿਲਕੁਲ ਵੀ ਨਹੀਂ ਹੈਗੇ ਠੀਕ ਹੈ ਜੁਝਾਰਵਾਦੀ ਨਹੀਂ ਹੈਗੇ ਜੇਕਰ ਗੱਲ ਕਰੀਏ ਪ੍ਰਗਤੀਵਾਦੀ ਤਾਂ ਕੋਈ ਇੱਕ ਅੱਧੀ ਇਹਨਾਂ ਦੀ ਕਵਤਾ ਹੈਗੀ ਹੈ ਜਿਹਦੇ ਵਿੱਚ ਆਪਾਂ ਨੂੰ ਲੱਗਦਾ ਵੀ ਪ੍ਰਗਤੀਵਾਦੀ ਹੈਗੇ ਠੀਕ ਹੈ ਮਤਲਬ ਸਮਾਜ ਦੀ ਬਰਾਬਰੀ ਦੀ ਗੱਲ ਕਰਦੇ ਆ ਜਾਂ ਫਿਰ ਤਰੱਕੀ ਦੀ ਗੱਲ ਕਰਦੇ ਆ ਨਾ ਪ੍ਰਗਤੀ ਦਾ ਅਰਥ ਕੀ ਹੁੰਦਾ ਤਰੱਕੀ ਕਰਨਾ ਹਨਾ ਤੇ ترقی ਕਿਹੜੇ ਆ ਆਪਾਂ ਕਹੀਏ ਵੀ ਮਾਰਕਸਵਾਦ ਦੇ ਅਕੋਰਡਿੰਗ ਠੀਕ ਹੈ ਉਹਨਾਂ ਦੇ ਚੱਲ ਕੇ ਉਹਨਾਂ ਦੇ ਨਕਸ਼ੇ ਕਦਮਾਂ ਤੱਕ ਫਿਰ ਤੁਜਾਰਵਾਦੀ ਪ੍ਰਵਿਰਤੀ ਇਹਨਾਂ ਦੀ ਬਿਲਕੁਲ ਵੀ ਨਹੀਂ ਹੈਗੀ ਠੀਕ ਹੈ ਇਹਨਾਂ ਦੀ ਪਹਿਲੀ ਕਵਤਾ ਦੀ ਗੱਲ ਕਰੀਏ ਤਾਂ ਦੇਸ਼ ਭਗਤੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀਗੇ ਹੁਣ ਰੋਮਾਂਟਿਕ ਦੀ ਗੱਲ ਕਰੀ ਤਾਂ ਰੋਮਾਂਟਿਕ ਵਾਲੀ ਵੀ ਇਹਨਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੁਣ ਗੱਲ ਕਿਹੜੀ ਬਣ ਜਾਂਦੀ ਹੈ ਨਵ ਰਸਵਾਦੀ ਠੀਕ ਹੈ ਤੇ ਰਾਈਟ ਆਪਸ਼ਨ ਕਿਹੜਾ ਹੋਵੇਗਾ ਨਵ ਰਸਵਾਦੀ ਰਸਵਾਦੀ ਤਾਂ ਇਹਨਾਂ ਦੀਆਂ ਜਿਹੜੀਆਂ ਧਾਰਮਿਕ ਕਵਤਾਂਾਂ ਆਪਾਂ ਪੜ੍ਹਦੇ ਆ ਠੀਕ ਹੈ ਹੁਣ ਨਾਂ ਤੋਂ ਹੀ ਸਪਸ਼ ਤੇਰ ਹਸਵਾਦੀ ਨਵ ਰਹਾਸਵਾਦੀ ਹੈਗੇ ਠੀਕ ਹੈ ਨਵ ਰਹਾਸਵਾਦੀ ਤੇ ਇਹਨਾਂ ਨੇ ਵਿਸ਼ੇ ਕਿਹੜੇ ਕਿਹੜੇ ਲਏ ਆ ਧਾਰਮਿਕ ਤੇ ਦੇਸ਼ ਭਗਤੀ ਵਾਲੇ ਠੀਕ ਹੈ ਜੀ ਦੇਸ਼ ਭਗਤੀ ਓਕੇ ਜੀ ਹੁਣ ਅਗਲਾ ਕੁਐਸਚਨ ਹੈਗਾ ਸਫੀਰ ਬਈ ਮੁੱਖ ਮੰਤਰੀ ਆਹ ਕੁਐਸਚਨ ਹੈਗੇ ਸਫੀਰ ਦੇ ਡਾਕਟਰ ਸਫੀਰ ਦੇ ਹਾਂਜੀ ਹੁਣ ਆਨਸਰ ਕਰੋ ਆਪਣੇ ਜਿਹੜੇ ਦਸਵੰਤ ਸਿੰਘ ਨੇਕੀ ਨੂੰ ਜੋਹਰੀ ਕਿਸ ਨੇ ਕਿਹਾ ਜਸਵੰਤ ਸਿੰਘ ਨੇਕੀ ਨੂੰ ਜੋਹਰੀ ਕਿਨੇ ਕਿਹਾ ਵੀ ਇਹ ਜੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੇ ਆ ਆਪਣੀ ਠੀਕ ਹੈ ਜੋਹਰੀ ਕਿਸ ਨੇ ਕਿਹਾ ਕਰਤਾਰ ਸਿੰਘ ਦੁੱਗਲ ਕਲਵੰਤ ਸਿੰਘ ਵੀਰਕ ਸੁਜੀਤ ਪਾਤਰ ਜਾਂ ਫਿਰ ਡਾਕਟਰ ਜਗਧਾਰ ਇਹਨਾਂ ਨੂੰ ਜੋਹਰੀ ਗਿਆ ਬੀ ਡੀ ਵੀ ਤੁਹਾਨੂੰ ਨਜ਼ਰ ਲੱਗੀ ਆਈ ਥਿੰਕ ਹੈ ਨਾ ਪਹਿਲਾਂ ਤੁਸੀਂ ਵਧੀਆ ਕੁਸ਼ਨ ਅਨਸਰ ਕਰ ਰਹੇ ਸੀ ਸਾਰੇ ਹਨਾ ਇੱਕੋ ਜੇ ਬਿਲਕੁਲ ਤੇ ਹੁਣ ਤੁਸੀਂ ਜਿਹੜਾ ਉਹ ਬੀ ਡੀ ਕਰਨ ਲੱਗੇ ਹੋ ਏ ਬੀ ਡੀ ਕਰਨ ਲੱਗੇ ਹੋ ਹਨਾ ਤੇ ਏ ਆਪਸ਼ਨ ਕਰ ਰਹੇ ਹੋ ਕਰਤਾਰ ਸਿੰਘ ਦੁੱਗਲ ਜਿਨ੍ਹਾਂ ਨੇ ਏ ਅਨਸਰ ਕੀਤਾ ਵੈਰੀ ਗੁੱਡ ਠੀਕ ਹੈ ਜੇ ਜਿਨ੍ਹਾਂ ਨੇ ਹੋਰ ਬੀ ਡੀ ਕਰ ਰਹੇ ਹੋ ਜਾਂ ਫਿਰ ਸੀ ਅਨਸਰ ਕਰ ਰਹੇ ਹੋ ਉਹ ਧਿਆਨ ਨਾਲ ਥੋੜਾ ਦੇਖ ਲੈਣਾ ਇੱਥੇ ਕਰਤਾਰ ਸਿੰਘ ਦੁੱਗਲ ਨੇ ਇਹਨਾਂ ਨੂੰ ਕਿਹਾ ਜੋਹਰੀ ਠੀਕ ਹੈ ਜੀ ਜੋਹਰੀ ਕਹੇ ਹਾਂਜੀ ਜਸਵੰਤ ਸਿੰਘ ਨੇ ਕਿ ਕਿੱਥੋਂ ਦੇ ਮੁਖੀ ਰਹੇ ਹਨ ਜੇਕਰ ਆਪਾਂ ਗੱਲ ਕਰੀਏ ਮੈਡੀਕਲ ਸਾਇੰਸ ਹਨਾ ਉਹਦੀ ਗੱਲ ਕਰੀਏ ਤਾਂ ਸਿਰਫ ਡਾਕਟਰ ਨਾਂ ਦਾ ਹੀ ਨਹੀਂ ਪੇਸ਼ੇਵਰਜੋਂ ਵੀ ਇੱਕ ਡਾਕਟਰ ਵੀ ਸੀਗੇ ਠੀਕ ਹੈ ਤੇ ਇਹਨਾਂ ਨੇ ਅਨਸਰ ਕਰ ਦੇਣਾ ਸੌਰੀ ਵੀ ਵੀ ਅੱਛਾ ਓਕੇ ਹਾਂਜੀ ਅਨਸਰ ਕਰੋ ਇਹਦੇ ਵਿੱਚ ਰਾਈਟ ਆਪਸ਼ਨ ਦਿੱਲੀ ਬਠਿੰਡਾ ਏਮਸ ਹੈਗਾ ਦਿੱਲੀ ਬਠਿੰਡਾ ਮੁਹਾਲੀ ਰਿਸ਼ੀਕੇਸ਼ ਹਾਂਜੀ ਕਰੋ ਵੀ ਅਨਸਰ ਰਾਈਟ ਆਪਸ਼ਨ ਕਿਹੜਾ ਹੋਵੇਗਾ ਕੁਲਵੰਤ ਸਿੰਘ ਵੀਰਕ ਨਹੀਂ ਕਰਤਾਰ ਸਿੰਘ ਦੁੱਗਲ ਹੈਗਾ ਵੀ ਠੀਕ ਹੈ ए ऑप्शन ਕਰ ਰਹੇ ਹੋ ਸਾਰੇ ਕਰ ਦੋ ਵੀ ਅਨਸਰ ਸਾਰੇ ਜਿੰਨੇ ਵੀ ਬੱਚੇ ਬੈਠੇ ਉਹ ਲਾਈਵ ਠੀਕ ਹੈ ਕਲਾਸ ਨੂੰ ਲਾਈਕ ਤੁਸੀਂ ਕਰ ਹੀ ਦਿੱਤਾ ਹੋਣਾ ਵੈਸੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਰ ਹੀ ਦਿੰਦੇ ਹੋ ਤੁਸੀਂ ਤੇ ਜਿਹੜੇ ਨਹੀਂ ਕਰਦੇ ਵੀ ਉਹ ਮਾੜੀ ਬਹੁਤ ਮਾੜੀ ਗੱਲ ਹੈ ਜਿਕਰ ਤੁਸੀਂ ਨਹੀਂ ਕਰਦੇ ਅਸੀਂ ਤੁਹਾਡੇ ਲਈ ਇੰਨਾ ਮਿਹਨਤ ਕਰ ਰਹੇ ਹਾਂ ਨਾ ਤੇ ਤੁਸੀਂ ਜਿਕਰ ਨਹੀਂ ਲਾਈਕ ਕਰ ਰਹੇ ਹਾਂਜੀ ए ਤੇ ਸੀ ਅਨਸਰ ਕਰ ਰਹੇ ਹੋ ਇੱਥੇ ਆ ਕੇ ਕਨਫਿਊਜ਼ ਹੋ ਹੀ ਜਾਂਦੇ ਆ ਮੋਸਟਲੀ ਹਣਾ ਤੇ ਦਿੱਲੀ ਇਹ ਆਪਸ਼ਨ ਬਿਲਕੁਲ ਸਹੀ ਆ ਐਮਸ ਦਿੱਲੀ ਦੇ ਜਿਹੜੇ ਆ ਉਹ ਮੁੱਖੀ ਰਹੇ ਆ ਹੁਣ ਅਗਲਾ ਕੁਐਸਚਨ ਹੈਗਾ ਕਰੋਨਾ ਦੀ ਸ਼ੋ ਤੋਂ ਮਗਰੋਂ ਕਦੋਂ ਪ੍ਰਕਾਸ਼ਿਤ ਹੁੰਦੀ ਹੈ ਇਹਦੇ ਬਾਰੇ ਆਪਾਂ ਕਰ ਚੁੱਕਿਆ ਆਈ ਥਿੰਕ ਹਨਾ ਆਈ ਥਿੰਕ ਨਹੀਂ ਕਰ ਹੀ ਚੁੱਕੇ ਆ 1970 ਇਸ ਵੀਚ 55 ਚ ਕਿਹੜੀ ਸੀ ਇਹਨਾਂ ਦੀ ਜਿਹੜੀ ਅਸਲੇ ਤੇ ਉਹਲੇ ਵੀ ਅਗਲਾ ਕਰ ਲਓ ਹੁਣ ਕਿੰਨੇ ਭਾਗ ਹੈਗੇ ਆ ਕਰੋਨਾ ਦੀ ਸ਼ੋ ਤੋਂ ਮਗਰੋਂ ਦੇ ਕਿੰਨੇ ਭਾਗ ਹੈਗੇ ਆ ਹਾਂਜੀ ਕਰੋ ਵੀ ਅਨਸਰ 3 4 5 ਜਾਂ ਫਿਰ 6 ਅਸਲ ਇਹਦੇ ਉਲੇ ਦੇ 4 ਭਾਗ ਸੀਗੇ ਹੁਣ ਤੁਸੀਂ ਅਨਸਰ ਕਰਨਾ ਹੈ ਕਰੋਨਾ ਦੀ ਸ਼ੋ ਤੋਂ ਮਗਰੋਂ ਜਿਹਦੇ ਤੇ ਇਹਨਾਂ ਨੂੰ ਸਾਹਿਤ ਕਾਦਮੀ ਅਵਾਰਡ ਮਿਲਿਆ ਹੋਇਆ ਇਹਦੇ ਭਾਗ ਕਿੰਨੇ ਹਨ ਹਾਂਜੀ ਅਨਸਰ ਆ ਰਿਹਾ ਹੈ ਬੀ ਹਾਂਜੀ ਓਕੇ ਜੀ ਥੈਂਕ ਯੂ ਜੀ ਕਰ ਦਿੱਤਾ ਤਾਂ 5c 5c ਦੋਨੋਂ ਆਨਸਰ ਆ ਰਿਹਾ ਹੈ ਵੈਰੀ ਗੁੱਡ ਜੀ ਵੈਰੀ ਗੁੱਡ ਐਦਾ ਮਤਲਬ ਵਾਪਸ ਉਸੇ ਟ੍ਰੈਕ ਤੇ ਆ ਚੁੱਕੇ ਹੋ ਤੁਸੀਂ ਹਨਾ ਤੇ ਪੰਜ ਭਾਗ ਹੈਗੇ ਆ ਇਹਨਾਂ ਦੇ ਕਰੋਨਾ ਦੀ ਸ਼ੋ ਤੋਂ ਮਗਰੋਂ ਦੇ ਅਗਲਾ ਕਿਸ਼ਣ ਹੈ ਅ ਸਵੈਜੀਵਨੀ ਆਪਾਂ ਕਰ ਚੁੱਕੇ ਹਾਂ ਨਾ b ਆਪਸ਼ਨ ਹੈ ਕਈ ਵਾਰੀ ਰਿਪੀਟ ਹੋ ਜਾਂਦੇ ਆ ਹਾਂਜੀ ਆ ਵੀ ਆਪਾਂ ਕਰ ਚੁੱਕੇ ਆ ਨੇਕੀ ਨੇ ਇਹ ਮੇਰੇ ਸੰਸੇ ਇਹ ਮੇਰੇ ਗੀਤ ਕਿਸ ਨੂੰ ਜਿਹੜਾ ਉਹ ਕੀਤਾ ਪੇਂਟ ਹਾਂਜੀ ਕਰੋ ਵੀ ਕਿਹਨੂੰ ਪੇਂਟ ਕੀਤਾ ਭਾਈ ਵੀਰ ਸਿੰਘ ਨੂੰ ਡਾਕਟਰ ਹਰਪਜਨ ਸਿੰਘ ਨੂੰ ਆ ਵੀ ਆਪਾਂ ਕਰ ਚੁੱਕੇ ਹਾਂ ਅੱਜ ਦੇ ਕੁਐਸਚਨ ਕਾਫੀ ਰਿਪੀਟ ਹੋ ਚੁੱਕੇ ਬਟ ਹਾਂਜੀ ਬਿਲਕੁਲ ਜੀ ਹੈ ਗਈ ਆ ਪੰਜਾਬੀ ਦਾ ਤਾਂ ਹੈ ਗਈ ਆ ਡਾਕਟਰ ਹਰਪਜਨ ਸਿੰਘ ਹੈ ਵੀ ਆਪਸ਼ਨ ਬਿਲਕੁਲ ਰਾਈਟ ਕਰ ਰਹੇ ਹੋ ਆ ਵਾਲੇ ਕਰ ਚੁੱਕੇ ਅੱਜ ਪਤਾ ਨਹੀਂ ਕਿਉਂ ਵੀ ਥੋੜਾ ਰਿਪੀਟ ਹੋ ਚੁੱਕੇ ਹਾਂਜੀ ਪਾਣੀ ਦੇ ਪਤਾਸੀ ਕੀ ਹੈ ਪਾਣੀ ਦੇ ਪਤਾਸੀ ਕੀ ਹੈਗਾ ਅਨਸਰ ਕਰਨਾ ਹੈ ਤੁਸੀਂ ਸਵੈ ਜੀਵਨੀ ਹੈ ਬਾਲ ਕਾਵ ਹੈ ਕਿਸੇ ਹੈ ਜਾਂ ਫਿਰ ਕਹਾਣੀ ਹੈ ਹਾਂਜੀ ਅਨਸਰ ਕਰੋ ਪਾਣੀ ਦੇ ਪਤਾਸੀ ਜੇਕਰ ਆਪਾਂ ਗੱਲ ਕਰੀਏ ਪਾਣੀ ਦੇ ਪਤਾਸੀ ਦੀ ਤਾਂ ਕਿਹੜਾ ਵਿਧਾ ਕਿਹੜੀ ਰਹੇਗੀ ਸਵੈ ਜੀਵਨੀ ਹੈ ਬਾਲ ਕਾਵ ਹੈ ਕਿਸੇ ਹੈ ਗਿਆ ਜਾਂ ਫਿਰ ਕਹਾਣੀ ਹੈ ਹਾਂਜੀ ਬੀ ਆਪਸ਼ਨ ਕਰ ਰਹੇ ਹੋ ਵੀ ਬੀ 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 ਵੀ ਵੈਰੀ ਗੁੱਡ ਜੀ ਵੈਰੀ ਗੁੱਡ ਬਿਲਕੁਲ ਜੀ ਬਾਲਕਾਵ ਹੈਗਾ ਵੈਸੇ ਵੀ ਆਪਾਂ ਧਿਕਰ ਦੇਖਿਆ ਜਾਵੇ ਯਾਦ ਕਿਵੇਂ ਕਰਨਾ ਤਾਂ ਪਾਣੀ ਦੇ ਪਤਾਸੇ ਹਨਾ ਕਈ ਛੋਟੇ ਬੱਚੇ ਜਿਹੜੇ ਹੁੰਦੇ ਹਨਾ ਪਤਾਸੇ ਜਿਹੜੇ ਹੁੰਦੇ ਆ ਉਹ ਪਾਣੀ ਚ ਘੋਲ ਕੇ ਪਿੰਦੇ ਹਨਾ ਐ ਜਾ ਕੁਝ ਹੁੰਦਾ ਠੀਕ ਹੈ ਮੈਂ ਤਾਂ ਨਹੀਂ ਕੀਤਾ ਐ ਜੋ ਕੁਝ ਸ ਬਟ ਐਵੇਂ ਹੁੰਦਾ ਠੀਕ ਹੈ ਤਾਂ ਕਰਕੇ ਵੈਸੇ ਬਾਲਕਾਵ ਰੂਪ ਨਾਲ ਹੈਗਾ ਤੇ ਇੱਕੋ ਇੱਕ ਬਾਲਕਾਵ ਸੀਗਾ ਇਹਨਾਂ ਦਾ ਕਾਵ ਹਾਂਜੀ ਹਾਂਜੀ ਬਿਲਕੁਲ ਹੈਗਾ ਹੀ ਆ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਉਹਨਾਂ ਚ ਪੰਜਾਬੀ ਦਾ ਪਹਿਲਾ ਇਹ ਪੇਪਰ ਲਾਜ਼ਮੀ ਹੈਗਾ ਹਾਂਜੀ ហេਟਾ ਵਿੱਚੋਂ ਲੰਮੀ ਕਵਤਾ ਕਿਹੜੀ ਹੈ ਤੇ ਹਜੇ ਜੇਕਰ ਮਾਸਟਰ ਜੇਡਰ ਦੀ ਗੱਲ ਕਰੀ ਤਾਂ ਹਜੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਆਈ ਨਹੀਂ ਹੈ ਠੀਕ ਹੈ ਤੇ ਜੇਕਰ ਹੋਵੇਗਾ ਤਾਂ ਸਾਰੇ ਸਬਜੈਕਟ ਵਾਲਿਆਂ ਲਈ ਹੋਵੇਗਾ ਬਾਕੀ ਹਜੇ ਕੋਈ ਨਹੀਂ ਆਈ ਆ ਹਾਂਜੀ ਅਨਸਰ ਕਰੋ ਲੰਮੀ ਕਵਤਾਵਾਂ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਰੋਨਾ ਦੀ ਸ਼ੋ ਤੋਂ ਮਗਰੋਂ ਠੀਕ ਹੈ ਹਾਂਜੀ ਸੀ ਆਪਸ਼ਨ ਕਰ ਰਹੇ ਹੋ ਵੈਰੀ ਗੁੱਡ ਸਾਰੇ ਹੋਣਗੇ ਠੀਕ ਹੈ ਸਾਰੇ ਹੋਣਗੇ ਅਗਲਾ question ਹੈ ਕਿਸ ਯੂਨੀਵਰਸਿਟੀ ਨੇ ਨਿੱਕੀ ਨੂੰ ਪੀ ਐਚ ਡੀ ਆਨਰ ਨਾਲ ਨਿਵਾਜਿਆ ਸੀ ਪੀ ਐਚ ਡੀ ਜਿਹੜੀ ਆ ਕਿਹੜੀ ਯੂਨੀਵਰਸਿਟੀ ਤੋਂ ਕੀਤਾ ਆਪਣੇ ਜਸਵੰਤ ਸਿੰਘ ਨਿੱਕੀ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੰਫੇਰ ਐਨਾਂ ਚੋਂ ਕੋਈ ਨਹੀਂ ਹਾਂਜੀ ਆਨਸਰ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਕਿਹੜੀ ਯੂਨੀਵਰਸਿਟੀ ਤੋਂ ਇਹਨਾਂ ਨੇ ਪੀ ਐਚ ਡੀ ਆਦੀ ਡਿਗਰੀ ਜਿਹੜੀ ਉਹ ਪ੍ਰਾਪਤ ਕੀਤੀ ਆ ਤਾਂ ਬਿਲਕੁਲ ਜੀ ਵਾਪਸ ਆ ਚੁੱਕੇ ਆ ਦਾ ਮਤਲਬ ਉਸੇ ਟਰੈਕ ਤੇ ਹੈ ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੇ ਪੀ ਐਚ ਡੀ ਜਿਹੜੀ ਆ ਉਹ ਕੀਤੀ ਹੋਈ ਆ ਜਸਵੰਤ ਸਿੰਘ ਨੇਕੀ ਹਨ ਕਵੀ ਵਾਰਤਕਾਰ ਡਾਕਟਰ ਜਾਂ ਫਿਰ ਉਪਰੋਤਕ ਸਾਰੇ ਰਾਈਟ ਆਪਸ਼ਨ ਕਿਹੜਾ ਹੋਵੇਗਾ ਤੇ ਡਾਕਟਰ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਡਾਕਟਰ ਹੈਗੇ ਆ ਠੀਕ ਹੈ ਕਵੀ ਵਾਰਤਕਾਰ ਹੈਗੇ ਆ ਕਿ ਨਹੀਂ ਉਹ ਤੁਸੀਂ ਦੱਸ ਦੇਣਾ ਠੀਕ ਹੈ ਜਾਂ ਫਿਰ ਉਪਰੋਕਤ ਸਾਰੇ ਹੀ ਹੈਗੇ ਆ ਰਾਈਟ ਆਪਸ਼ਨ ਕਿਹੜਾ ਹੋਵੇਗਾ ਰਾਈਟ ਆਪਸ਼ਨ ਦੱਸਣਾ ਵੀ ਤੁਸੀਂ ਬੀ ਡੀ ਤੇ ਸੀ ਦੋਨੋਂ ਆਨਸਰ ਕਰ ਰਹੇ ਹੋ ਡੀ ਤੇ ਸੀ ਹਾਂਜੀ ਡੀ ਤੇ ਸੀ ਡੀ ਆਪਸ਼ਨ ਮੋਸਟਲੀ ਬੱਚਿਆਂ ਦਾ ਆ ਰਿਹਾ ਡੀ ਤੇ ਡੀ ਬਿਲਕੁਲ ਰਾਈਟ ਹੋਵੇਗਾ ਵੀ ਠੀਕ ਹੈ ਕਵੀ ਵੀ ਹੈਗੇ ਆਪਣੀ ਵਾਰਤਕਾਰ ਵੀ ਹੈਗੇ ਡਾਕਟਰ ਵੀ ਹੈਗੇ ਤਾਂ ਫਿਰ ਉਪਰੋਕਤ ਸਾਰੇ ਹੋਣਗੇ ਆਪਣੇ ਜਿਹੜੇ ਆ ਜਸਵੰਤ ਸਿੰਘ ਨੇਕੀ ਵਾਰਤਕਾਰ ਵੀ ਸੀਗੇ ਹਾਂਜੀ ਆਪਣੀ ਜਿਹੜੀ ਮਾਸਟਰ ਗ੍ਰੈਜੂਏਟਰ ਪੰਜਾਬੀ ਲਈ ਕਲਾਸ ਹੈਗੀ ਹੈ ਰਾਜੇ ਆਪਣੀ ਜਸਵੰਤ ਸਿੰਘ ਨੇਕੀ ਨੂੰ ਭਾਈ ਵੀਰ ਸਿੰਘ ਅਵਾਰਡ ਕਦੋਂ ਮਿਲਿਆ ਹਾਂਜੀ ਭਾਈ ਵੀਰ ਸਿੰਘ ਅਵਾਰਡ ਕਦੋਂ ਮਿਲਿਆ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਜਿਹੜੇ ਆ ਉਹ ਮੁਖੀ ਵੀ ਰਹਿ ਚੁਕੇ ਆ ਪਰ ਉਪ ਪ੍ਰਧਾਨ ਵੀ ਰਹਿ ਚੁਕੇ ਆ ਹਨਾ ਤੇ ਤੁਸੀਂ ਅੰਤਰ ਕਰਨਾ ਹੈ ਇਹਦੇ ਵਿੱਚ ਰਾਈਟ ਆਪਸ਼ਨ ਇਹਨਾਂ ਨੂੰ ਅਵਾਰਡ ਕਦੋਂ ਮਿਲਿਆ ਸੀ ਹਾਂਜੀ ਅਨਸਰ ਕਰਨਾ ਹੈ ਰਾਈਟ ਆਪਸ਼ਨ ਕਿਹੜਾ ਹੋਵੇਗਾ 1977 78 99 ਸੌਰੀ 79 ਜਾਂ ਫਿਰ 80 ਹਾਂਜੀ ਰਾਈਟ ਆਪਸ਼ਨ ਕਿਹੜਾ ਹੋਵੇਗਾ ਭਾਈ ਵੀਰ ਸਿੰਘ ਅਵਾਰਡ ਕੇਐਸ ਧਾਲੀਵਾਲ ਅਵਾਰਡ ਮੈਂ ਵਾਰ-ਵਾਰ ਬੋਲਦੇ ਹਾਂ ਜਿਹੜੇ ਇਹੋ ਜਿਹੇ ਅਵਾਰਡ ਹੁੰਦੇ ਹਨ ਨਾ ਜਿਹਦੇ ਜਿਹੜੇ ਕਿਸੇ ਦੇ ਨਾਂ ਤੇ ਹੁੰਦੇ ਹਨ ਹੈਨਾ ਜਿਵੇਂ ਸ਼ਿਵ ਕੁਮਾਰ ਬਟਾਲਵੀ ਅਵਾਰਡ ਵੀ ਹੈਗਾ ਠੀਕ ਹੈ ਭਾਈ ਵੀਰ ਸਿੰਘ ਅਵਾਰਡ ਵੀ ਹੈਗਾ ਤੇ ਕੇਐਸ ਧਾਲੀਵਾਲ ਅਵਾਰਡ ਵੀ ਹੈਗਾ ਸਾਹਿਤ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਵੀ ਹੈਗਾ ਤੇ ਇਹੋ ਜਿਹੇ ਅਵਾਰਡ ਜਿਹੜੇ ਆ ਉਹ ਪੁੱਛ ਲਏ ਜਾਂਦੇ ਆ ਬੀ ਆਪਸ਼ਨ ਕਰ ਰਹੇ ਹੋ ਵੈਰੀ ਗੁੱਡ 1978 ਈਸਵੀ ਵਿੱਚ ਤੇ ਤੁਸੀਂ ਦੱਸਣਾ 1978 ਵਿੱਚ ਪਿੱਛੇ ਆਪਾਂ ਕਰਕੇ ਆਏ ਹਾਂ ਹੋਰ ਕੀ ਰਏ ਸੀ 1978 ਈਸਵੀ ਵਿੱਚ ਸੀ ਆਪਸ਼ਨ ਬਿਲਕੁਲ ਰਾਈਟ ਕੀਤਾ ਤੁਸੀਂ ਹਾਂਜੀ ਤੁਸੀਂ ਦੱਸ ਦਿਓ ਵੀ 78 ਵਿੱਚ ਹੋਰ ਕੀ ਰਏ ਆ ਜਾਂ ਫਿਰ ਮੁਖੀ ਰਏ ਹੋਣਗੇ ਡਾਇਰੈਕਟਰ ਜਾਂ ਫਿਰ ਉਪ ਪ੍ਰਧਾਨ ਹਾਂਜੀ ਇੱਥੇ ਡੀ ਆਪਸ਼ਨ ਵੀ ਬਿਲਕੁਲ ਸਹੀ ਸਿਗਾ ਠੀਕ ਹੈ ਬੀ ਆਪਸ਼ਨ ਸਹੀ ਸੀਗਾ ਜੀ ਬਿਲਕੁਲ ਜੀ ਪਜੀਏ ਦੇ ਡਾਇਰੈਕਟਰ 1978 ਤੋਂ 81 ਤੱਕ ਰਹੇ ਸੀ ਠੀਕ ਹੈ ਜੀ ਤੇ ਅੱਜ ਦੀ ਕਲਾਸ ਕਿਵੇਂ ਲੱਗੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਕਮੈਂਟਸ ਕਰਕੇ ਜਰੂਰ ਦੱਸ ਦਿਓ ਜਸਵੰਤ ਸਿੰਘ ਨੇਕੀ ਜਿਹੜੇ ਆ ਆਪਾਂ ਕਿਤੇ ਆ ਜਿਹੜੇ ਡਾਕਟਰ ਵੀ ਰਹੇ ਆ ਹਨਾ ਤੇ ਇਹਨਾਂ ਬਾਰੇ ਅੱਜ ਦੀ ਆਪਣੀ ਕਲਾਸ ਜਿਹੜੀ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ ਠੀਕ ਹੈ ਇਹਨਾਂ ਵਿੱਚੋਂ ਹੀ ਤੁਹਾਡੇ ਤੋਂ ਕੁਐਸਚਨ ਪੁੱਛੇ ਜਾਣਗੇ ਤੇ ਕੱਲ ਮਿਲਦੇ ਆਂ ਫਿਰ ਆਪਾਂ 10 ਵਜੇ ਦਿੱਲੀ ਆਪਣੀ ਕਲਾਸ ਦਿੱਲੀ ਹੁੰਦੀ ਹੈ 10 ਵਜੇ ਪੰਜਾਬੀ ਮਾਸਟਰ ਗੇਦਰ ਦੀ ਤੇ ਜਿਨ੍ਹਾਂ ਨੇ ਵੀ ਪੇਡ ਕੋਰਸ ਹਨਾ ਪੂਰਾ ਟਾਪਿਕ ਕੱਲ ਨੂੰ ਆਪਣੇ ਅਗਲੇ ਹਨਾ ਅਗਲੇ ਰਾਈਟਰ ਕੋਈ ਵੀ ਤੇ ਜੇਕਰ ਆਪਾਂ ਗੱਲ ਕਰੀਏ ਤੇ ਜੇਕਰ ਤੁਸੀਂ ਪੇਡ ਕੋਰਸ ਪਰਚੇਸ ਕਰਨਾ ਚਾਹੁੰਦੇ ਹੋ ਪੰਜਾਬੀ ਮਾਸਟਰ ਕਲਾਸ ਦਾ ਉਹਦੇ ਵਿੱਚ ਡਿਟੇਲ ਨਾਲ ਜਿਹੜਾ ਆਪਾਂ ਕਰਦੇ ਹਾਂ ਹਰ ਇੱਕ ਰਾਈਟਰ ਨੂੰ ਠੀਕ ਹੈ ਹਰ ਇੱਕ ਪੱਖੋਂ ਭਾਵੇਂ ਉਹ ਉਹਨਾਂ ਨੇ ਜਿੰਨੀਆਂ ਵੀ ਰਚਨਾਵਾਂ ਕੀਤੀਆਂ ਜਾਂ ਫਿਰ ਉਹਨਾਂ ਦੇ ਜੀਵਨ ਬਾਰੇ ਜਾਂ ਫਿਰ ਅਵਾਰਡਸ ਬਾਰੇ ਠੀਕ ਹੈ ਆਪਾਂ ਡਿਟੇਲ ਵਿੱਚ ਉੱਥੇ ਕਰਦੇ ਹਾਂ ਤੇ ਜਿਨ੍ਹਾਂ ਨੇ ਮਾਸਟਰ ਕਲਾਸਰ ਪੰਜਾਬੀ ਦਾ ਜਿਹੜਾ ਵੇਚ ਲੈਣਾ ਹੈ ਤੁਸੀਂ ਪਰਚੇਸ ਕਰਨਾ ਹੈ ਤਾਂ ਕਰ ਸਕਦੇ ਹੋ ਠੀਕ ਹੈ ਤੇ ਉਹਦੇ ਨਾਲ ਸੰਬੰਧਿਤ ਜਿਹੜੇ ਆ ਉਹ ਕੋਈ ਵੀ ਕਿਊਰੀ ਹੁੰਦੀ ਹੈ ਤਾਂ ਉਹ ਆਪਣਾ ਨੰਬਰ ਦਿੱਤਾ ਗਿਆ ਹੁੰਦਾ ਉਸ ਤੇ ਕਰ ਸਕਦੇ ਹੋ ओके <coughs> okay जी ओके थैंक यू सो मच मिलते हैं फिर कल नु ते पढ़दे रहो वी टाटा बाय बाय